ਜਦੋਂ ਪਹਿਲੀ ਲਾਂ ਪੜ੍ਹੀ ਨਹੀਂ ਉਦੋਂ ਭੁੱਬ ਨਿਕਲ ਗਈ ਮੇਰੀ। ਹਾਂਜੀ ਹਾਂਜੀ। ਇਹ ਕੀ ਕਾਰਨ ਸੀ ਇਹ ਗਾਣੇ ਲਿਖੇ ਤੇ ਕੀ ਕਾਰਨ ਸੀ ਇਹਦੇ ਵਿੱਚ ਨਾਂ ਨਹੀਂ ਤੁਸੀਂ ਆਪਦਾ ਪਾਇਆ? ਮੈਂ ਨਹੀਂ ਸੀ ਚਾਹੁੰਦਾ ਵੀ ਮੇਰੇ ਗੋਲੀ ਵੱਜਣ ਤੋਂ ਬਾਅਦ ਹੀ ਲਿਖਿਆ ਜਾਂਦਾ ਵੀ ਇਹ ਗੰਦੇ ਗਾਣੇ ਲਿਖਦੇ, ਇਸ ਕਰਕੇ ਮੈਂ ਗੀਤਾਂ ਦੇ ਵਿੱਚ ਆਪਦਾ ਨਾਮ ਨਹੀਂ ਸੀ ਪਾਉਂਦਾ। ਜੇ ਤੁਹਾਨੂੰ ਇਹ ਲੱਗਦਾ ਸੀ ਕਿ ਗੰਦੇ ਹਨ? ਨਹੀਂ, ਮੈਂ ਨਹੀਂ ਕਹਿੰਦਾ ਮੈਨੂੰ ਗੰਦੇ ਲੱਗਦੇ ਸੀ, ਪਰ ਉਹ ਗੰਦੇ ਮੰਨਦੇ ਸੀਗੇ। ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਸਿਰਫ ਡਰ ਦਾ ਕਰਕੇ ਹੀ ਆਪਣਾ ਨਾਮ ਬਿਲਕੁਲ ਜੀ ਬਿਲਕੁਲ ਮੈਂ ਡਰ ਸੀਗਾ ਜੀ ਇਸ ਚੀਜ਼ ਦਾ। ਚਮਕੀਲੇ ਦੇ ਉਹ ਕਿਹੜੇ ਗਾਣੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਨਾਂ ਨਹੀਂ ਪਾਇਆ? ਨਹੀਂ ਜੀ, ਮੈਂ ਨਹੀਂ ਦੱਸਣਾ, ਮੈਂ ਚਮਕੀਲੇ ਦੀ ਮਿੱਟੀ ਨੂੰ ਉਹ ਨਹੀਂ ਕਰਨਾ ਚਾਹੁੰਦਾ। ਜਿਹੜੇ ਕਾਫੀ ਤੱਤੇ ਵੀ ਹੋਣਗੇ? ਨਹੀਂ, ਤੱਤਾ ਕੋਈ ਨਹੀਂ ਸੀ ਜੀ ਉਹਨਾਂ ਦੇ। ਤੇ ਫਿਰ ਦੱਸਣ ਦੇ ਵਿੱਚ ਕੀ ਹਰਜ ਨਾ? ਫਿਰ ਨਹੀਂ, ਪਰ ਜਿਹੜੀ ਗੱਲ ਦੇ ਉੱਤੇ ਖਾੜਕੂ ਸਿੰਘਾਂ ਨੂੰ ਇਤਰਾਜ਼ ਸੀਗਾ ਉਹ ਗਾਣੇ ਇਹੀ ਸੀਗੇ ਵੀ ਆਟੇ ਵਾਂਗੂ ਗੁਣਤੀ ਤੇ ਆਹ ਜਿਹੜੇ ਗਾਣੇ ਵੀ ਕੰਡਾ ਕੱਢਿਆ ਨਾ ਭੈਣ ਦੀ ਨਨਾਣ ਦਾ ਤੇ ਕੁਛ ਏਦਾਂ ਦੇ ਜਿਹੜੇ ਗਾਣੇ ਆ। ਮੈਂ ਇਹ ਗੱਲ ਕਹਿਣ ਲੱਗ ਸੀ, ਮੈਂ ਕਿਹਾ ਵੀ ਚਮਕੀਲੇ ਗੱਲ ਸੁਣ ਲਾ ਵੀ ਤੈਂ ਤਿੰਨ ਗੀਤ ਨਹੀਂ ਗਾਉਣੇ ਵੀ ਚਲੋ ਮਾਫ ਵੀ ਕਰ ਦਿੱਤਾ ਉੱਥੇ ਸਾਰਾ ਕੁਝ ਹੋ ਗਿਆ। ਫਿਰ ਧਾਰਮਿਕ ਕੈਸਟ ਵੀ ਆ ਗਈ, ਉਸ ਤੋਂ ਬਾਅਦ ਨਾਂ ਦੀ ਮਹਿਮਾ ਹੋ ਗਈ ਵੀ ਚਲੋ ਹੁਣ ਧਾਰਮਿਕ ਪਾਸੇ ਆ ਗਏ। ਬਿਲਕੁਲ ਜੀ ਬਿਲਕੁਲ। ਪਰ ਫਿਰ ਕਿਹੜੀ ਗੱਲੋਂ ਮਾਰ ਦਿੱਤਾ ਗਿਆ? ਕਹਿਣਾ ਸਾਹਿਬ ਮੈਂ ਮੰਨਦਾ ਹੀ ਨਹੀਂ ਬਈ ਅਮਰ ਸਿੰਘ ਚਮਕੀਲੇ ਦਾ ਕਤਲ ਖਾੜਕੂਆਂ ਨੇ ਕੀਤਾ। ਤੁਸੀਂ ਕਹਿੰਦੇ ਹੋ ਵੀ ਖਾੜਕੂਆਂ ਨੇ ਨਹੀਂ ਮਾਰਿਆ, ਤੇ ਫਿਰ ਤੁਹਾਡੇ ਹਿਸਾਬ ਨਾਲ ਕਿਹਨੇ ਕਤਲ ਕੀਤਾ ਚਮਕੀਲੇ ਦਾ? ਇਹ ਜਿਹਨੂੰ ਆਪਾਂ ਤੁਹਾਡੇ ਕੋਲੇ ਕਦੇ ਚਮਕੀਲੇ ਨੇ ਇਹ ਗੱਲ ਮੰਨੀ ਸੀ? ਇਮਾਨਦਾਰੀ ਨਾਲ ਦੱਸਿਓ, ਬਿਲਕੁਲ ਝੂਠ ਨਹੀਂ ਹੋਣਾ ਚਾਹੀਦਾ ਇਹਦੇ 'ਚ ਵੀ ਮੈਂ ਜਿਹੜੇ ਇਹ ਤਿੰਨ ਗੀਤ ਗਾਏ ਆ ਇਹ ਮੇਰੀ ਬਹੁਤ ਵੱਡੀ ਗਲਤੀ ਆ, ਬਲੰਡਰ ਮਿਸਟੇਕ ਆ ਜੀ। ਮੈਂ ਬਹੁਤ ਵਧੀਆ ਚੜ੍ਹਦੀ ਕਲਾ ਸਵਾਦ ਗੜੂੰ ਦਾ ਅੱਜ ਤਾਂ ਆਨੰਦ ਆਇਆ ਪਿਆ। ਬਿਲਕੁਲ, ਜਿਹਨੂੰ ਸ਼ਹਿਰਾਂ ਵਾਲੇ ਕਹਿੰਦੇ ਨਾ ਮਜ਼ਾ ਆ ਗਿਆ, ਅੱਜ ਤਾਂ ਉਹ ਗੱਲ ਹੋਈ ਪਈ ਆ ਜੀ, ਕਿਉਂਕਿ ਪਿੱਪਲਾਂ ਦੇ ਪੱਤਿਆਂ ਦੀ ਖੜ ਖੜ ਵੀ ਪਿੱਛੇ ਸੁਣ ਰਹੀ ਹੈ। ਪਿੱਪਲ ਦੇ ਪੱਤਿਆਂ ਕਿਉਂ ਖੜ ਖੜ ਲਾਈ ਹੈ, ਝੜ ਗਏ ਪੱਤ ਪੁਰਾਣੇ ਤੇ ਰੁੱਤ ਨਵੀਆਂ ਦੀ ਆਈ ਹੈ। ਸੋ ਇਹੋ ਜਿਹਾ ਮਾਹੌਲ ਆ ਕਿਉਂਕਿ ਅਸੀਂ ਖੇਤ ਦੇ ਵਿੱਚ ਬੈਠ ਕੇ ਅੱਜ ਮੁਲਾਕਾਤ ਕਰ ਰਹੇ ਹਾਂ। ਪਿੱਛੇ ਜਿਹੜੀ ਆ ਉਹ ਪਿੱਪਲ ਦੇ ਪੱਤੇ ਸ਼ਾਇਦ ਤੁਹਾਨੂੰ ਹਿਲਦੇ ਹੋਏ ਨਜ਼ਰ ਆਉਣ, ਅਤੇ ਆਲੇ ਦੁਆਲੇ ਬੜੇ ਸੋਹਣੇ ਖੇਤ ਆ। ਪੰਛੀਆਂ ਦੀਆਂ ਆਵਾਜ਼ਾਂ ਵਿੱਚ ਕਾਂ ਬੋਲ ਪੈਂਦਾ, ਕਦੇ ਤੋਤਾ ਬੋਲ ਪੈਂਦਾ, ਕਦੇ ਚਿੜੀ ਚੀਂ ਚੀਂ ਕਰ ਜਾਂਦੀ ਹੈ। ਉੱਧਰ ਕਮਾਦ ਹੀ ਕਮਾਦ ਆ, ਕਮਾਲ ਹੋਈ ਪਈ ਆ, ਰੰਗ ਭਾਗ ਲੱਗੇ ਪਏ, ਨਜ਼ਾਰੇ ਆਏ ਪਏ ਆ ਜੀ। ਮਤਲਬ ਇੱਕ ਚਿੜੀ ਕਰਦੀ ਹੈ ਚੀਂ 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 ਚੀਂ। ਤੇ ਅੱਜ ਅਸੀਂ ਜਿੱਥੇ ਪਹੁੰਚੇ ਹਾਂ, ਇਸ ਪਿੰਡ ਦਾ ਨਾਂ ਹੈਗਾ ਉੱਪਲ ਜੀ, ਤੇ ਮਾਛੀਵਾੜਾ ਸਾਹਿਬ ਦੇ ਲਾਗੇ ਇਹ ਪਿੰਡ ਆ। ਤੇ ਇੱਥੇ ਅਸੀਂ ਉਸ ਗੀਤਕਾਰ ਤੇ ਗਾਇਕ ਦੀ ਮੁਲਾਕਾਤ ਕਰਨ ਦੇ ਲਈ ਪਹੁੰਚੇ ਹਾਂ ਜਿਨ੍ਹਾਂ ਦਾ ਅਮਰ ਸਿੰਘ ਚਮਕੀਲੇ ਦੇ ਨਾਲ ਬਹੁਤ ਲੰਮਾ ਅਤੇ ਬਹੁਤ ਗੂੜਾ ਸੰਗ ਰਿਹਾ। ਕਿਉਂਕਿ ਕਈ ਵਾਰ ਲੰਮਾ ਹੋਣਾ ਵੱਖਰੀ ਗੱਲ ਹੈ ਸੰਗ, ਅਤੇ ਗੂੜਾ ਹੋਣਾ ਇਹ ਇੱਕ ਵੱਖਰੀ ਗੱਲ ਹੈ। ਲੰਮੇ ਰਿਸ਼ਤੇ ਕਈ ਵਾਰ ਓਨੇ ਗੂੜੇ ਨਹੀਂ ਹੁੰਦੇ। ਪਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਆ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਨਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਇਹ ਅੱਜ ਵੀ ਹਰ ਥਾਂ ਦੇ ਉੱਤੇ ਵੱਜਦਾ। ਇਹ ਉਸ ਵੇਲੇ ਵੀ ਵੱਜਿਆ ਅਤੇ ਅੱਜ ਦੇ ਪ੍ਰਸੰਗ ਦੇ ਵਿੱਚ ਵੀ ਬਿਲਕੁਲ ਢੁੱਕਦਾ। ਸੋ ਅੱਜ ਅਸੀਂ ਸਵਰਨ ਸਿਵੀਆਂ ਦੇ ਨਾਲ ਇੰਟਰਵਿਊ ਕਰਾਂਗੇ ਜੀ। ਬਿਲਕੁਲ, ਸੋ ਅੱਜ ਉਹਨਾਂ ਤੋਂ ਅਸੀਂ ਬਹੁਤ ਸਾਰੀਆਂ ਗੱਲਾਂ ਜਾਣਨੀਆਂ ਨੇ, ਬਹੁਤ ਸਾਰੇ ਰਾਜ਼ ਜਿਹੜੇ ਨੇ ਉਹ ਜ਼ਰੂਰ ਅਸੀਂ ਖੁਲਵਾਉਣ ਦੀ ਕੋਸ਼ਿਸ਼ ਕਰਨੀ ਹੈ। ਸੋ ਇਹ ਸਭ ਕੁਝ ਦੇ ਲਈ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤੇ ਸਵਾਗਤ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਦੱਸਦਾ ਛੋਟੀ ਜੀ, ਵੀ ਸਵਰਨ ਸਿਵੀਆਂ ਨੂੰ ਬਹੁਤੇ ਲੋਕ ਆ ਜਿਹੜੇ ਉਹਨਾਂ ਦੇ ਜਾਣਕਾਰ ਨੇ ਜਾਂ ਪ੍ਰਸ਼ੰਸਕ ਕਹਿ ਲਈਏ ਉਹ ਬਤੌਰ ਗੀਤਕਾਰ ਜਾਣਦੇ ਆ, ਪਰ ਗਾਇਕ ਦੇ ਤੌਰ ਦੇ ਉੱਤੇ ਬਹੁਤ ਘੱਟ ਲੋਕ ਜਾਣਦੇ। ਉਹਨਾਂ ਨੇ ਕਈ ਸੋਨੇ ਦੇ ਮੈਡਲ, ਸੋਨੇ ਦੇ ਤਗਮੇ ਜਿੱਤੇ ਆ ਆਪਣੀ ਗਾਇਕੀ ਦੇ ਕਰਕੇ, ਪਰ ਹਾਲਾਤ ਇਹੋ ਜਿਹੇ ਬਣੇ ਕਿ ਉਹ ਗਾਣਿਆਂ ਨੂੰ ਰਿਕਾਰਡ ਨਹੀਂ ਕਰਵਾ ਸਕੇ। ਅੱਜ ਮੈਂ ਸੋਚਦਾ ਵੀ ਆਪਾਂ ਉਲਟ ਦਿਸ਼ਾ ਦੇ ਵੱਲ ਚੱਲੀਏ, ਸਵਾਗਤ ਕਰਕੇ ਪਹਿਲਾਂ ਗਾਣਾ ਹੀ ਸੁਣ ਲਈਏ ਤੇ ਫਿਰ ਗੱਲਬਾਤ ਦਾ ਅਗਲਾ ਪ੍ਰਵਾਹ। ਬਿਲਕੁਲ ਜ਼ਰੂਰ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਗੁੱਡ ਨੂਨ, ਗੁੱਡ ਈਵਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਠੀਕ ਠਾਕ ਹੋ, ਜ਼ਿੰਦਾ ਦਿਲੀ ਹੋ? ਹਾਂਜੀ ਹਾਂਜੀ ਠੀਕ ਠਾਕ ਹੈ। ਚੜ੍ਹਦੀ ਕਲਾ? ਹਾਂਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਦੀ। ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਅਦਾਲਤੀ ਪ੍ਰਕਿਰਿਆ ਦੇ ਵਿੱਚ ਵਿਚਰਦੇ ਹੋ ਜੀ, ਤੁਸੀਂ ਕਿਹੜੇ ਅਹੁਦੇ ਦੇ ਉੱਤੇ ਆ? ਵਾਵਾ ਲੰਮਾ ਸੀ ਉਹ ਨਾਂ ਉਹਦਾ, ਮੇਰੇ ਚੇਤੇ ਦੇ ਵਿੱਚੋਂ ਵਿਸਰ ਗਿਆ। ਮੇਰੇ ਜੀ ਡੈਜ਼ਿਗਨੇਸ਼ਨ ਦਾ ਨਾਮ ਹੈਗਾ ਚੀਫ ਐਡਮਿਨਿਸਟ੍ਰੇਟਿਵ ਅਫੀਸਰ, ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਮੁੱਖ ਪ੍ਰਸ਼ਾਸਕ ਅਫਸਰ। ਮੁੱਖ ਪ੍ਰਸ਼ਾਸਕ ਅਫਸਰ ਦੇ ਤੌਰ ਤੇ ਕੰਮ ਕਰਦੇ ਆ। ਉੱਥੇ ਤਾਂ ਭਾਂਤ ਸੁਭਾਂਤੇ ਲੋਕਾਂ ਨਾਲ ਵਾਹ ਪੈਂਦਾ, ਕਈ ਵਾਰੀ ਬੰਦਾ ਅੱਖੜ ਜਿਹਾ ਹੋ ਜਾਂਦਾ। ਤੁਸੀਂ ਬੜਾ ਮਿੱਠਾ ਜਿਹਾ ਬੋਲਦੇ ਹੋ, ਬੜਾ ਪੋਲਾ ਜਿਹਾ ਬੋਲਦੇ ਹੋ, ਖਾਣੇ ਕੀ ਆ? ਕਿਤੇ ਗੰਨਾ ਬਾਲਾ ਤਾਂ ਨਹੀਂ ਚੂਪਦੇ ਆਲੇ ਦੁਆਲੇ ਗੰਨੇ ਬਹੁਤ ਆ? ਨਹੀਂ ਜੀ, ਮਿਠਾਸ ਤਾਂ ਪਰਮਾਤਮਾ ਨੇ ਭਰ ਕੇ ਭੇਜੀ ਆ, ਤੇ ਉਹਦੀ ਗੋਡ ਗਿਫਟ ਕਹਿ ਲਓ ਤੁਸੀਂ। ਤੇ ਕੁਛ ਮੈਂ
ਜਿਹੜਾ ਅਦਾਲਤਾਂ ਦਾ ਐਟਮੋਸਫੀਅਰ ਇੱਦਾਂ ਦਾ ਵੀ ਉੱਥੇ ਬੜੀ ਪੇਸ਼ੈਂਸ ਰੱਖਣੀ ਪੈਂਦੀ ਹੈ ਕਿਉਂਕਿ ਉੱਥੇ ਸਾਰੇ ਦੁਖੀ ਬੰਦੇ ਆਉਂਦੇ ਆ ਅਤੇ ਉਸ ਪੇਸ਼ੈਂਸ ਦਾ ਜਾਣੀ ਉਸ ਐਟਮੋਸਫੀਅਰ ਦਾ ਮੇਰੇ 'ਤੇ ਜਿਹੜਾ ਇਹ ਚਿਰ ਸਥਾਈ ਕਾਫੀ ਅਸਰ ਹੋਇਆ ਅਤੇ ਇਸ ਮੇਰੀ ਜਿਹੜੀ ਪੇਸ਼ੈਂਸ ਦਾ ਇਹ ਵੀ ਇੱਕ ਰੀਜ਼ਨ ਹੈਗਾ ਜੀ। ਬਹੁਤ ਖੂਬ, ਇੱਦਾਂ ਦੀ ਸਭ ਨੂੰ ਚਾਹੀਦੀ ਹੈ, ਸਿੱਖੋ। ਅਤੇ ਦੂਜੀ ਗੱਲ ਇਹ ਹੈਗੀ ਹੈ ਮੈਂ ਜੀ ਬਚਪਨ ਦੇ ਵਿੱਚ ਜਦੋਂ ਮੈਂ ਆਪਣੀ ਸੋਝੀ ਸੰਭਲੀ ਉਦੋਂ ਪੰਜਾਬੀ ਗਾਇਕੀ ਦੇ ਵਿੱਚ ਢਾਡੀ ਅਮਰ ਸਿੰਘ ਸ਼ੌਂਕੀ, ਦਦਾਰ ਸਿੰਘ ਰਟੈਂਡੇ ਵਾਲਾ, ਮੁਹੰਮਦ ਸਦੀਕ, ਰਣਜੀਤ ਕੌਰ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਸੁਰਿੰਦਰ ਸੀਮਾ, ਕੇ ਦੀਪ ਜਗਮੋਹਨ ਕੌਰ, ਸ਼੍ਰੀਮਤੀ ਨਰਿੰਦਰ ਬੀਬਾ ਜੀ, ਹਜ਼ਾਰਾ ਸਿੰਘ ਰਮਤਾ, ਇਹ ਕਲਾਕਾਰ ਪੂਰੀ ਚੜ੍ਹਤ ਸੀ ਉਦੋਂ। ਬਿਲਕੁਲ ਠੀਕ। ਇਹਨਾਂ ਦੇ ਗੀਤ ਮੈਂ ਗਾ ਕੇ ਜਾਣੀ ਆਪਣੇ ਆਪ ਨੂੰ ਸਕੂਨ ਲੈਂਦਾ ਹੁੰਦਾ ਸੀ, ਮਨ ਪਰਚਾ ਲੈਂਦੇ ਸੀ। ਅਤੇ ਫਿਰ ਬਾਹਰ ਖੇਤਾਂ ਜਾ ਕੇ ਗਾਉਣੇ ਅਤੇ ਫਿਰ ਉਹ ਗੀਤ ਆਵਾਜ਼ ਦੇ ਵਿੱਚ ਪਰਿਪੱਕਤਾ ਜੀ ਬਣ ਗਈ ਜੀ। ਹਾਂ, ਉੱਥੋਂ ਮੈਂ ਸ਼ੁਰੂ ਕੀਤੇ। ਸੋ ਤੁਹਾਡੇ ਕਹਿਣ ਤੋਂ ਬਾਅਦ ਆਪਾਂ ਆਪਣੀ ਜਿਹੜੀ ਅੱਜ ਦੀ ਮੁਲਾਕਾਤ ਆ ਆਗਾਜ਼ ਆ, ਮੈਂ ਉਸ ਗੀਤ ਦੇ ਨਾਲ ਗਾਉਣ ਲੱਗਿਆ ਜਿਹੜਾ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਸੀ, ਢਾਡੀ ਅਮਰ ਸਿੰਘ ਸ਼ੌਂਕ ਹੈ। ਛੋਟੇ ਲਾਲ ਦੋ ਪਿਆਰੇ ਵਿਛੜੇ ਸਰਸਾ ਦੇ ਕਿਨਾਰੇ, ਕਲਗੀ ਧਾਰ ਦੇ ਦੁਲਾਰੇ ਚਮਕੇ ਚਿਹਰਿਆਂ ਤੋਂ ਨੂਰ, ਮਾਂ ਨੂੰ ਪੁੱਛਦੇ ਦਾਦੀ ਜੀ ਕਰ ਹੁਣ ਕਿਤਨੀ ਕੁ ਹੈ ਦੂਰ, ਮਾਂ ਨੂੰ ਪੁੱਛਦੇ ਲਾ ਕੇ ਸੀਨੇ ਦੇ ਨਾਲ, ਮਾਤਾ ਕਹਿੰਦੀ ਸੁਣੋ ਲਾਲ, ਲਾ ਕੇ ਸੀਨੇ ਦੇ ਨਾਲ, ਮਾਤਾ ਕਹਿੰਦੀ ਸੁਣੋ ਲਾਲ, ਛੱਡੋ ਘਰ ਦਾ ਖਿਆਲ ਪਿੱਛਾ ਦੂਰ ਅੱਗਾ ਨੇੜ, ਦਾਦੀ ਕਹਿੰਦੀ ਬੱਚਿਓ ਵਰਤਿਆ ਭਾਵੀ ਦਾ ਗੇੜ, ਦਾਦੀ ਕਹਿੰਦੀ ਬੱਚਿਓ ਵਰਤਿਆ ਭਾਵੀ ਦਾ ਗੇੜ, ਦਾਦੀ ਕਹਿੰਦੀ। ਵਾਹ, ਬਹੁਤ ਖੂਬ, ਬਹੁਤ ਖੂਬ, ਕਮਾਲ, ਲਫ਼ਜ਼ ਮੁੱਕ ਗਏ ਸੱਚੀ। ਤੇ ਤੁਸੀਂ ਜਦੋਂ ਇੰਨਾ ਸੋਹਣਾ ਗਾ ਲੈਂਦੇ ਹੋ ਤੇ ਫਿਰ ਗਾਇਕੀ ਦੇ ਵਿੱਚ ਨਿੱਠ ਕੇ ਕਿਉਂ ਨਹੀਂ ਆਏ? ਕਿਹੜੀ ਗੱਲੋਂ ਰਿਕਾਰਡਿੰਗਾਂ ਤੋਂ ਦੂਰ ਰਹੇ ਆ? ਸਾਨੂੰ ਤਾਂ ਪਤਾ, ਅਸੀਂ ਚਾਹੁੰਦੇ ਵੀ ਦਰਸ਼ਕਾਂ ਦੇ ਨਾਲ ਵੀ ਇਸ ਗੱਲ ਦੀ ਸਾਂਝ ਪੈ ਜੇ। ਦਰਅਸਲ ਦੇ ਵਿੱਚ ਮੇਰਾ ਜਿਹੜਾ ਜਨਮ ਹੋਇਆ ਜੀ, ਗੁਰਸਿੱਖ ਪਰਿਵਾਰ ਦੇ ਵਿੱਚ ਹੋਇਆ। ਬਚਪਨ ਦੇ ਵਿੱਚ ਬਾਪੂ ਜੀ ਉਹਨਾਂ ਨੇ ਗੁਰੂਆਂ ਦੀਆਂ ਕਹਾਣੀਆਂ ਸੁਣਾ ਕੇ, ਸਿੱਖ ਹਿਸਟਰੀ ਸੁਣਾ ਕੇ, ਹਾਲਾਂਕਿ ਮੇਰੇ ਬਾਪੂ ਜੀ ਅਤੇ ਮੇਰੇ ਬੀਬੀ ਜੀ ਮਾਤਾ ਸ਼੍ਰੀ ਟੋਟਲੀ ਅਨਪੜ੍ਹ ਸੀ, ਪਰ ਦੋਨੋਂ ਹੀ ਸਿਰੇ ਦੇ ਫਿਲੋਸਫਰ ਸੀਗੇ। ਅੱਛਾ। ਬਾਪੂ ਜੀ ਉਹਨਾਂ ਨੇ ਤਾਂ ਸਿੱਖ ਧਰਮ ਦਾ ਮਤਲਬ ਵਿੱਚ ਰਹਿ ਕੇ, ਗਿਆਨੀ ਮਹਾਂਪੁਰਸ਼ਾਂ 'ਚ ਰਹਿ ਕੇ ਸਾਰੇ ਸਿੱਖ ਧਰਮ ਦਾ ਉਹਨਾਂ ਨੂੰ ਪਤਾ ਸੀਗਾ। ਅਤੇ ਜਿਹੜੇ ਮੇਰੇ ਬੀਬੀ ਜੀ ਸੀਗੇ ਉਹ ਹਿੰਦੂ ਧਰਮ 'ਚ ਬਹੁਤ ਪਰਿਪੱਕਤਾ ਰੱਖਦੇ ਸੀਗੇ। ਸੋ ਇਸ ਕਰਕੇ ਘਰ ਦੇ ਵਿੱਚ ਮਾਹੌਲ ਜਿਹੜਾ ਸੀਗਾ ਬਹੁਤ ਧਾਰਮਿਕ ਬਣਿਆ ਹੋਇਆ ਸੀਗਾ, ਅਤੇ ਗੁਰਸਿੱਖੀ ਜੀਵਨ ਹੋਣ ਕਰਕੇ ਘਰ ਦਾ ਮੇਰਾ ਪਹਿਲਾਂ ਤਾਂ ਬਾਪੂ ਜੀ ਉਹਨਾਂ ਨੂੰ ਕਹਿਣ ਨੂੰ ਇਹ ਨਹੀਂ ਪਿਆ ਵੀ ਮੈਂ ਗਾਉਣਾ ਚਾਹੁੰਦਾ। ਅੱਛਾ। ਅਸੀਂ ਗਾਇਆ ਵੀ, ਧਾਰਮਿਕ ਗੀਤ ਵੀ ਗਾਇਆ, ਆਪਣੇ ਜਿਹੜੇ ਸੀਗੇ CM ਡਾਕਟਰ ਗੁਰਨਾਮ ਸਿੰਘ ਆਪਣੇ, ਉਹਨਾਂ ਦੀ ਹਾਜ਼ਰੀ ਦੇ ਵਿੱਚ ਵੀ ਗਾਇਆ ਜੀ, ਉਹਨਾਂ ਨੇ ਸਾਨੂੰ ਵਜ਼ੀਫੇ ਵਾਸਤੇ ਵੀ ਕਿਹਾ। ਪਰ ਗੱਲ ਇਹ ਕਿ ਇਹ ਸੀ ਵੀ ਸਾਡੇ ਬਾਪੂ ਜੀ ਕਹਿੰਦੇ ਵੀ ਮੈਂ ਜੇ ਤਾਂ ਧਾਰਮਿਕ ਗਾਉਣਾ ਤਾਂ ਤੂੰ ਗਾ ਲੈ, ਪਰ ਆਪਾਂ ਨੂੰ ਮੈਂ ਤੈਨੂੰ ਦੂਸਰੇ ਗੀਤ ਨਹੀਂ ਗਾਉਣ ਦੇਣੇ ਹੈਗੇ ਵੀ ਨਾ ਨਾ ਵੀ ਮੇਰੇ ਮਰਨ ਤੋਂ ਬਾਅਦ ਜੋ ਮਰਜ਼ੀ ਕਰਦੇ। ਅੱਛਾ। ਸੋ ਫਿਰ ਜਾਣੂ ਤਾਂ ਮੈਂ, ਜਦ ਬਾਪੂ ਜੀ ਹੋਣੀ, ਜਦ ਤਾਂ ਮੈਂ ਗੌਰਮੈਂਟ ਦੇ ਵਿੱਚ ਕਾਫੀ ਸੀਨੀਅਰ ਅਫਸਰ ਬਣ ਚੁੱਕਿਆ ਸੀਗਾ, ਅਤੇ ਫਿਰ ਮੇਰਾ ਇਸ ਪਾਸੇ ਨੂੰ ਉਹ ਨਹੀਂ ਕੀਤਾ। ਪਰ ਫਿਰ ਜਿਹੜੀ ਅੰਦਰਲੀ ਕਲਾ ਉਹ ਤੁਹਾਡੇ ਅੰਦਰ ਨਾ, ਚਾਹੇ ਤੁਸੀਂ ਗਾਇਕ ਹੋ ਚਾਹੇ ਤੁਸੀਂ ਸਿੰਗਰ ਹੋ, ਪਰਮਾਤਮਾ ਨੇ ਤੁਹਾਨੂੰ ਇੱਕ ਨਹੀਂ ਕਈ ਕਲਾਵਾਂ ਦਿੱਤੀਆਂ ਹੁੰਦੀਆਂ ਨੇ, ਪਰ ਲੋਕਾਂ ਦੇ ਵਿੱਚ ਹਾਈਲਾਈਟ ਹੋ ਕੇ ਇੱਕ ਅੱਧੀ ਆਉਂਦੀ ਹੁੰਦੀ ਆ। ਅਤੇ ਉਹ ਫਿਰ ਮੈਂ ਲਿਖਣ ਲੱਗ ਗਿਆ। ਲਿਖਣ ਦੇ ਵਿੱਚ ਕਿਸੇ ਕੋਲੋਂ, ਮੈਂ ਟੈਣਾ ਸਾਹਿਬ ਕਿਸੇ ਕੋਲੋਂ ਵੀ ਮੈਂ ਲਿਖਣਾ ਨਹੀਂ ਸਿੱਖਿਆ, ਇੱਕ ਤੁਹਾਨੂੰ ਹੋਰ ਪਤੇ ਦੀ ਗੱਲ ਦੱਸਣ ਲੱਗਿਆ। ਦੁਨੀਆ 'ਤੇ ਜਿੰਨੀਆਂ ਵੀ ਕਲਾਵਾਂ ਨੇ ਹਰ ਇੱਕ ਦੀ ਟ੍ਰੇਨਿੰਗ ਲਈ ਜਾ ਸਕਦੀ ਆ। ਤੁਸੀਂ ਗਾਉਣਾ ਹੋਵੇ ਤਾਂ ਤੁਸੀਂ ਰਾਗ ਵਿੱਦਿਆ ਕਿਸੇ ਸੰਗੀਤਕਾਰ ਪੰਡਿਤ ਤੋਂ ਲੈ ਸਕਦੇ ਹੋ, ਹੈਂਜੀ। ਤੁਸੀਂ ਪੇਂਟਿੰਗ ਦਾ ਸ਼ੌਕ ਰੱਖਦੇ ਹੋ, ਤੁਹਾਨੂੰ ਜਿਹੜੇ ਆਰਟ ਕਾਲਜ ਦੇ ਵਿੱਚੋਂ ਤੁਹਾਨੂੰ ਉਹਨਾਂ ਦੀਆਂ ਬਰੀਕੀਆਂ ਮਿਲ ਜਾਂਦੀਆਂ ਨੇ, ਕਿੱਦਾਂ ਬਰੱਸ਼ ਚਲਾਉਣਾ, ਕਿੱਦਾਂ ਸ਼ੇਡ ਐਂਡ ਲਾਈਟ ਕਰਨੀ ਹੈਗੀ ਆ ਜੀ। ਜੇ ਤੁਸੀਂ ਡਾਂਸਿੰਗ ਦੀ ਸਿੱਖਣੀ ਹੋਵੇ, ਨ੍ਰਿਤ ਕਲਾ ਸਿੱਖਣੀ ਹੋਵੇ, ਡਾਂਸਿੰਗ ਸਕੂਲ ਹੈਗੇ। ਤੁਸੀਂ ਐਕਟਿੰਗ ਸਿੱਖਣੀ ਹੋਵੇ ਜਿਵੇਂ ਨੈਸ਼ਨਲ ਡਰਾਮਾ ਸਕੂਲ ਦਿੱਲੀ ਆ, ਉਹ ਹੈਗੇ। ਰਾਜਸਥਾਨ ਦੇ ਵਿੱਚ
ਬੁੱਤ ਤਰਾਸ਼ੀ ਦੇ ਸਕਲਪਚਰ ਦੇ ਜਿਹੜੇ ਸੈਂਟਰ ਬਣੇ ਹੋਏ ਆ। ਇੱਕ ਗੀਤਕਾਰੀ ਐਸੀ ਕਲਾ ਹੈਗੀ ਆ ਜਿਹੜੀ ਬਸ ਉੱਥੋਂ ਆਉਂਦੀ ਆ, ਉਹਦੀ ਦੇਣ ਆ। ਹਾਂ, ਤੁਸੀਂ ਕਿਤਾਬਾਂ ਪੜ੍ਹ ਕੇ ਜਾਂ ਤੁਸੀਂ ਹੋਰ ਕਵੀਆਂ ਨੂੰ ਪੜ੍ਹ ਕੇ ਹੋਰ ਰਾਈਟਰਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਵੋਕੈਬਲਰੀ ਵਧਾ ਸਕਦੇ ਹੋ, ਪਰ ਜੋ ਤੁਸੀਂ ਜੋ ਥੋਤੋਂ ਜਦ ਪਰਮਾਤਮਾ ਨੇ ਲੈਣਾ ਜਾਂ ਤੁਹਾਡੇ ਜਿਹਨ 'ਚੋਂ ਆਉਣਾ ਜਿਹੜੇ ਖਿਆਲਾਤ ਉਹਨੇ ਨੇ, ਇਹ ਕਲਪੁਰਤੀ ਦੇਣ। ਬਿਲਕੁਲ ਸਹੀ ਗੱਲ ਹੈ ਸਿਵੀਆ ਸਾਹਿਬ। ਇੱਕ ਜਾਣਕਾਰੀ ਜਿਹੜੀ ਸਭ ਤੋਂ ਮਹੱਤਵਪੂਰਨ ਹੈ, ਜਿਹੜੀ ਹਰ ਕੋਈ ਜਾਣਨਾ ਚਾਹੁੰਦਾ, ਅਤੇ ਜਿਹੜੇ ਸਭ ਤੋਂ ਮਹੱਤਵਪੂਰਨ ਸਵਾਲ ਆ, ਤੁਹਾਡੀ ਅਮਰ ਸਿੰਘ ਚਮਕੀਲੇ ਦੇ ਨਾਲ ਬਹੁਤ ਗੂੜੀ ਸਾਂਝ ਰਹੀ ਆ ਜੀ। ਜਿਹੜੀ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਆ ਉਹਦਾ ਕੇਂਦਰ ਬਿੰਦੂ ਇਹੀ ਵਿਸ਼ਾ ਹੁੰਦਾ, ਇਹੀ ਗੱਲ ਹੁੰਦੀ ਆ। ਹਾਂਜੀ, ਕਿਉਂਕਿ ਅਮਰ ਸਿੰਘ ਚਮਕੀਲੇ ਨੇ ਮੇਰੀਆਂ ਜੜ੍ਹਾਂ ਲਾਈਆਂ ਨੇ। ਅਗਰ ਮੇਰੀ ਮੁਲਾਕਾਤ ਅਮਰ ਸਿੰਘ ਚਮਕੀਲੇ ਦੇ ਨਾਲ ਨਾ ਹੁੰਦੀ ਤਾਂ ਮੈਂ ਇੱਕ ਪਿੰਡ ਉੱਪਲਾਂ ਦਾ ਇੱਕ ਗਜ਼ਟਡ ਅਫੀਸਰ ਬਣ ਕੇ ਰਹਿ ਜਾਂਦਾ, ਮੈਨੂੰ ਦੁਨੀਆ ਨਾ ਜਾਣਦੀ। ਬਿਲਕੁਲ, ਮੈਂ ਇਸ ਗੱਲ 'ਤੇ ਵੀ ਆਉਣ ਲੱਗਾ, ਤੁਹਾਡਾ ਜਿਹੜਾ ਗਾਣਾ ਉਹ ਤਾਂ ਜਗਤ ਪ੍ਰਸਿੱਧ ਆ, ਸਾਥੋਂ ਬਾਬਾ ਖੋਲਿਆ ਤੇਰਾ ਡਣਕਾਣਾ। ਤੁਹਾਡੇ ਕੁੱਲ 13 ਗਾਣੇ ਚਮਕੀਲੇ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਏ, ਧਾਰਮਿਕ। ਬਿਲਕੁਲ ਧਾਰਮਿਕ, ਅਤੇ 2-3 ਗਾਣੇ ਤੁਹਾਡੇ ਇਹੋ ਜਿਹਨਾਂ ਦੇ ਵਿੱਚ ਤੁਸੀਂ ਆਪਣਾ ਨਾਂ ਨਹੀਂ ਪਾਇਆ, ਜਿਹਦੇ ਵਿੱਚ ਜਦੋਂ ਪਹਿਲੀ ਲਾਂ ਪੜ੍ਹੀ ਨਹੀਂ ਉਦੋਂ ਭੁੱਬ ਨਿਕਲ ਗਈ ਮੇਰੀ। ਹਾਂਜੀ ਹਾਂਜੀ, ਇਹ ਕੀ ਕਾਰਨ ਸੀ ਇਹ ਗਾਣੇ ਲਿਖੇ, ਅਤੇ ਕੀ ਕਾਰਨ ਸੀ ਇਹਦੇ ਵਿੱਚ ਨਾਂ ਨਹੀਂ ਤੁਸੀਂ ਆਪਦਾ ਪਾਇਆ? ਇਹਦਾ ਕਾਰਨ ਇਹ ਸੀ ਵੀ ਮੈਂ ਜਦੋਂ ਅਮਰ ਸਿੰਘ ਚਮਕੀਲੇ ਨਾਲ ਜੁੜਿਆ ਹੋਇਆ ਸੀ ਉਦੋਂ ਮੇਰੇ ਦਾੜਾ ਪ੍ਰਕਾਸ਼ ਕੀਤਾ ਹੁੰਦਾ ਸੀਗਾ, ਅਤੇ ਜਿਹੜੇ ਉਦੋਂ ਖਾੜਕੂਵਾਦ ਦੇ ਵਿੱਚ ਜਿਹੜੇ ਗਲਤ ਅੰਸਰ ਸੀਗੇ, ਖਾੜਕੂ ਤਾਂ ਇਹ ਕੰਮ ਕਰਦੇ ਨਹੀਂ ਸੀਗੇ, ਗਲਤ ਅੰਸਰ ਫਿਰ ਬੰਦੇ ਨੂੰ ਮਾਰ ਕੇ ਆਪਣਾ ਨਾਂ ਹਿੱਟ ਕਰਨ ਵਾਸਤੇ ਸੁਰਖੀਆਂ ਬਚਾਉਣ ਖਾਤੇ ਮਾਰਨ ਤੋਂ ਬਾਅਦ ਦੱਸਦੇ ਸੀ ਵੀ ਆਹ ਬੰਦਾ ਆਹ ਕੰਮ ਕਰਦਾ ਸੀ, ਇਹਨੂੰ ਇਹ ਚੀਜ਼ ਦੀ ਸਜ਼ਾ ਦਿੱਤੀ ਆ। ਮੈਂ ਨਹੀਂ ਸੀ ਚਾਹੁੰਦਾ ਵੀ ਮੇਰੇ ਗੋਲੀ ਵੱਜਣ ਤੋਂ ਬਾਅਦ ਹੀ ਲਿਖਿਆ ਜਾਂਦਾ ਵੀ ਇਹ ਗੰਦੇ ਗਾਣੇ ਲਿਖਦੇ, ਇਸ ਕਰਕੇ ਮੈਂ ਗੀਤਾਂ ਦੇ ਵਿੱਚ ਆਪਣਾ ਨਾਮ ਨਹੀਂ ਸੀ ਪਾਉਂਦਾ। ਅਤੇ ਲਿਖਣ ਦੀ ਲੋੜ ਹੀ ਕੀ ਸੀ ਉਦੋਂ ਇਹੋ ਜਿਹੇ? ਫਿਰ ਨਹੀਂ, ਇਹ ਤਾਂ ਕੋਈ ਜੇ ਤੁਹਾਨੂੰ ਗੰਦੇ ਲੱਗਦੇ ਸੀ, ਜੇ ਤੁਹਾਨੂੰ ਇਹ ਲੱਗਦਾ ਸੀ ਕਿ ਗੰਦੇ ਹਨ? ਨਹੀਂ, ਮੈਂ ਨਹੀਂ ਕਹਿੰਦਾ ਮੈਨੂੰ ਗੰਦੇ ਲੱਗਦੇ ਸੀ, ਪਰ ਉਹ ਗੰਦੇ ਮੰਨਦੇ ਸੀਗੇ। ਅੱਛਾ, ਹਾਂਜੀ, ਮੈਂ ਤਾਂ ਕਹਿੰਦੇ ਉਹ ਤਾਂ ਡਿਊਟ ਨੂੰ ਹਰੇਕ ਨੂੰ ਉਹ ਗੰਦਾ ਹੀ ਮੰਨਦੇ ਸੀਗੇ। ਹਾਂ, ਭਾਵੇਂ ਗੀਤ ਇਹ ਸੀ ਪੰਡਿਤ ਜੀ ਕੀ ਇਹ ਲਾਲ ਮੇਰਾ, ਜਿਹੜਾ ਸੁਰਿੰਦਰ ਕੌਰ ਅਤੇ ਆਸਾ ਸਿੰਘ, ਉਹ ਤਾਂ ਉਹਨੂੰ ਵੀ ਗੰਦਾ ਮੰਨਣਗੇ। ਜਿਹੜਾ ਔਰਤ ਅਤੇ ਮਰਦ ਨੇ ਗਾਤਾ ਉਹਨਾਂ ਦੇ ਭਾਅ ਦਾ, ਉਹ ਗੰਦਾ ਚਾਹੇ ਉਹਨੇ ਜਿੰਨਾ ਮਰਜ਼ੀ ਉਹਨੇ ਪੋਜ਼ਿਟਿਵ ਮੈਸੇਜ ਦਿੱਤਾ ਹੋਵੇ। ਜੀ, ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਸਿਰਫ ਡਰ ਦਾ ਕਰਕੇ ਹੀ ਆਪਣਾ ਨਾਮ ਲਿਖਿਆ? ਬਿਲਕੁਲ, ਮੈਨੂੰ ਡਰ ਸੀਗਾ ਜੀ ਇਸ ਚੀਜ਼ ਦਾ ਵੀ ਮੈਨੂੰ ਇਹ ਵਿੱਚ ਵੀ ਤੇਰਾ ਚਿਹਰਾ ਮੋਹਰਾ ਕਿੱਦਾਂ ਦਾ, ਵੀ ਤੂੰ ਗੀਤ ਕਿੱਦਾਂ ਦੇ ਲਿਖਦਾ, ਅਤੇ ਇਸ ਕਰਕੇ ਮੈਂ ਇਸ ਕੋਲੋਂ ਡਰਿਆ ਸੀ। ਚਮਕੀਲੇ ਦੇ ਉਹ ਕਿਹੜੇ ਗਾਣੇ ਜਿਨ੍ਹਾਂ ਦੇ ਵਿੱਚ ਤੁਸੀਂ ਆਪਣਾ ਨਾਂ ਨਹੀਂ ਪਾਇਆ? ਨਹੀਂ ਜੀ, ਮੈਂ ਨਹੀਂ ਦੱਸਣਾ, ਮੈਂ ਚਮਕੀਲੇ ਦੀ ਮਿੱਟੀ ਨੂੰ ਉਹ ਨਹੀਂ ਕਰਨਾ ਚਾਹੁੰਦਾ, ਮੇਰਾ ਭਰਾ ਰੱਬ ਵਰਗਾ ਭਰਾ ਸੀਗਾ ਜੀ। ਨਹੀਂ ਨਹੀਂ, ਅਸੀਂ ਵੀ ਸਤਿਕਾਰ ਕਰਦੇ ਸਭ ਦਾ। ਮੈਂ ਨਹੀਂ, ਮੈਂ ਸਟੈਂਡ ਸਭ ਪਲੀਜ਼, ਮੈਂ ਉਹ ਨਹੀਂ ਦੱਸ ਸਕਦਾ ਜੀ। ਅੱਛਾ, ਮਤਲਬ ਕਾਫੀ ਹੋਣਗੇ? ਕਾਫੀ ਨੇ ਜੀ, ਕਾਫੀ ਨੇ। ਹਾਂਜੀ, ਜਿਹੜੇ ਕਾਫੀ ਤੱਤੇ ਵੀ ਹੋਣਗੇ? ਨਹੀਂ, ਤੱਤਾ ਕੋਈ ਨਹੀਂ ਸੀ ਜੀ ਉਹਨਾਂ ਦੇ। ਤੇ ਫਿਰ ਦੱਸਣ ਦੇ ਵਿੱਚ ਕੀ ਹੋਣਾ? ਫਿਰ ਨਹੀਂ ਨਹੀਂ, ਮੈਂ ਨਹੀਂ, ਮੇਰਾ ਭਰਾ ਸੀਗਾ, ਮੈਂ ਨਹੀਂ ਉਹ। ਚਲੋ ਠੀਕ ਆ, ਤੁਹਾਡੇ ਮਨ ਦੀ ਇੱਛਾ ਇਹ। ਤੁਸੀਂ ਜਦੋਂ ਗਾਣਾ ਲਿਖਿਆ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਹਾਂਜੀ ਹਾਂਜੀ, ਉਦੋਂ ਸੋਚਿਆ ਸੀ ਵੀ ਇਹ ਅਮਰ ਸਿੰਘ ਚਮਕੀਲੇ ਨੂੰ ਦੇਣਾ, ਜਾਂ ਬਤੌਰ ਗੀਤਕਾਰ ਇਹ ਸੀਗਾ ਵੀ ਲਿਖ ਲਿਆ ਜਦੋਂ ਵੀ ਜਿਹਨੂੰ ਵੀ ਮੌਕਾ ਮਿਲਿਆ ਉਹਨੂੰ ਦੇ ਦਿਆਂਗੇ? ਜਦੋਂ ਮੈਂ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਗੀਤ ਲਿਖਿਆ ਸੀ ਉਦੋਂ ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿੱਚ ਮੇਰੇ 7 ਗੀਤ ਆ ਚੁੱਕੇ ਸੀ ਨਾਮ ਜਪ ਲੈ ਕੈਸਟ ਦੇ ਵਿੱਚ, ਜਿਹਦਾ ਪਹਿਲਾ ਗੀਤ ਸੀ ਨੀ ਤੂੰ ਨਰਕਾਂ ਜਾਵੇਂ ਸਰੰਦ ਦੇ ਦੁਆਰੇ, ਤੂੰ ਹੀ ਕਤਲ ਕਰਾਏ ਦਸਮੇਸ਼ ਦੇ ਦੁਲਾਰੇ। ਫਿਰ ਇਹ ਜਿਹੜਾ ਸੀ ਜਿਹੜੀ ਨਾਮ ਜਪ ਲੈ ਜਿਹੜੀ ਕੈਸਟ ਸੀਗੀ ਇਹ ਆਈ ਸੀ ਸੋਨੋਟੋਨ ਦੇ ਵਿੱਚ, ਜਿਹੜਾ ਅਮਰ ਸਿੰਘ ਚਮਕੀਲਾ ਸੀ ਇਹ HMV ਦਾ ਅਪਰੂਵਡ ਕਲਾਕਾਰ ਸੀਗਾ, ਅਤੇ ਫਿਰ HMV ਵਾਲੇ ਕਹਿੰਦੇ ਜਦ ਦੇਖਿਆ ਵੀ ਇਹਦੀ ਬਹੁਤ ਜ਼ਿਆਦਾ ਸੇਲ ਹੋਈ ਆ ਨਾਮ ਜਪ ਲੈ ਦੀ, ਫਿਰ ਅਮਰ ਸਿੰਘ ਚਮਕੀਲੇ ਨੂੰ ਕਹਿੰਦੇ ਵੀ ਅਸੀਂ ਵੀ ਤੁਹਾਡੀ ਹੁਣ ਧਾਰਮਿਕ ਐਲਬਮ ਹੀ ਕੱਢਾਂਗੇ। ਫਿਰ ਉਹਦਾ ਮੈਟਰ ਵੀ ਜਿਹੜਾ ਮੈਂ ਚਮਕੀਲੇ ਲਈ ਹੀ ਲਿਖ ਰਿਹਾ ਸੀਗਾ, ਇਹ ਜਿਹੜਾ ਗੀਤ ਸੀਗਾ ਇਹਦਾ ਸਬੱਬ ਕਿੱਦਾਂ ਬਣਿਆ, ਇਹ ਥੋਟ ਕਿੱਦਾਂ ਆਇਆ ਦਿਮਾਗ ਦੇ ਵਿੱਚ? ਆਪਾਂ ਅਰਦਾਸ ਕਰਦੇ ਹਾਂ ਨਾ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਬਿਲਕੁਲ, ਇੱਥੋਂ ਇਹ ਮੇਰੇ ਥੋਟ ਦੇ ਵਿੱਚ ਆਇਆ ਸੀਗਾ। ਮੈਂ ਉਦੋਂ ਡਿਸਟ੍ਰਿਕਟ ਸੈਸ਼ਨ ਜੱਜ ਲੁਧਿਆਣਾ ਦੇ ਨਾਲ ਬਤੌਰ ਜੱਜਮੈਂਟ ਰਾਈਟਰ, ਜਿਹਨੂੰ ਆਪਾਂ ਫੈਸਲਾ ਨਵੀਸ ਕਹਿੰਦੇ ਹਾਂ, ਉਹ ਲੱਗਿਆ ਹੋਇਆ ਸੀਗਾ, ਉੱਪਰ ਬੈਠੇ ਸੀ। ਉਹਨਾਂ ਦਿਨਾਂ ਦੇ ਵਿੱਚ ਕੰਪਿਊਟਰ ਨਹੀਂ ਸੀ ਹੁੰਦਾ, ਟਾਈਪਰਾਈਟਰ ਹੁੰਦੀ ਸੀ। ਟਾਈਪਰਾਈਟਰ ਜੋ ਚਲਾਉਂਦੇ ਸੀ ਆਪਾਂ ਖੜਕਾ ਠੱਕ ਠੱਕ ਬਹੁਤ ਕਰਦਾ ਸੀ। ਦਿੱਲੀ ਤੋਂ ਕੋਈ ਐਡਵੋਕੇਟ ਆਇਆ ਸੀ, ਬੜੀ ਫਰਾਟੇਦਾਰ ਇੰਗਲਿਸ਼ ਬੋਲਦਾ ਸੀਗਾ, ਉਹ ਕਹਿੰਦਾ ਬਈ ਸਟੈਨੋ ਸਾਹਿਬ ਵੀ ਤੁਸੀਂ ਐਂ ਕਰੋ, 10 ਮਿੰਟ ਲਈ ਤੁਸੀਂ ਟਾਈਪਰਾਈਟਰ ਬੰਦ ਕਰ ਦਿਓ। ਮੈਨੂੰ ਜੱਜ ਸਾਹਿਬ ਵੀ ਕਹਿੰਦੇ, ਕਹਿੰਦੇ ਸਟੈਨੋ ਸਾਹਿਬ ਵੀ ਤੁਸੀਂ ਕੋਈ ਨਾ ਆਰਾਮ ਕਰ ਲਓ। ਮੈਂ ਫਿਰ ਉਦੋਂ ਮੇਰੇ ਥਾਟ 'ਚ ਆਇਆ ਵੀ ਇਹਦੇ ਉੱਤੇ ਗੀਤ ਲਿਖਣਾ ਵੀ ਕਿਹੜੇ ਕਿਹੜੇ ਪਹਿਲੂ ਲਏ ਜਾਣ, ਪਾਰਟੀਸ਼ਨ ਦਾ ਉਹ ਲਿਆ ਜਾਵੇ, ਇਹ ਦੇਖਿਆ ਜਾਵੇ ਵੀ ਅੱਜ ਕੱਲ੍ਹ ਵੀ ਜਿਹੜੇ ਹੈਗੇ ਕੌਡੇ ਰਾਕਸ਼ ਅਤੇ ਬਲੀ ਕੰਧਾਰੀ ਵਰਗੇ ਲੋਕ ਆ ਗਏ ਨੇ। ਇਹ ਮੈਂ ਪਲਾਟ ਤਾਂ ਬਣਾਇਆ ਸੀਗਾ ਉੱਥੇ ਬਹਿ ਕੇ, ਮਤਲਬ ਜੱਜ ਸਾਹਿਬ ਦੇ ਕੋਲ ਬਹਿ ਕੇ, ਪੂਰੀ ਸ਼ਾਂਤੀ ਸੀ।
ਉਹ ਤਾਂ ਬਹਿਸ ਕਰ ਰਹੇ ਸੀ, ਮੈਂ ਤਾਂ ਯੂਜ ਟੂ ਹੈ ਵੀ ਜੋ ਮਰਜ਼ੀ ਚੱਲਦਾ ਹੁੰਦਾ ਜੀ, ਇਸ 'ਤੇ ਉੱਧਰ ਕੰਨ ਜਾਂਦੇ ਨਹੀਂ ਸੀ, ਸ਼ੁਰੂ ਸ਼ੁਰੂ ਜਾਂਦਾ ਕਿਉਂਕਿ ਉਹਦਾ ਮੇਰੀ ਸਰਵਿਸ ਵੀ 2-3 ਸਾਲ ਦੀ ਹੋ ਗਈ ਸੀਗੀ। ਮੈਂ ਉੱਥੇ ਬਹਿ ਕੇ ਪਲਾਟ ਬੁਲਾਇਆ, ਪੁਆਇੰਟ ਨੋਟ ਕਰ ਲਏ ਵੀ ਆਹ ਆਹ ਚੀਜ਼ਾਂ ਆਪਾਂ ਇਹਦੇ ਵਿੱਚ ਲਿਖਣੀਆਂ ਨੇ। ਟਹਿਣਾ ਸਾਹਿਬ, ਉਦੋਂ ਲੁਧਿਆਣੇ ਦੇ ਵਿੱਚ ਆਟੋ ਨਹੀਂ ਸੀ ਆਏ ਅਜੇ, ਇਹ 1986 ਦੀ ਗੱਲ ਹੈ, ਆਟੋ ਨਹੀਂ ਸੀ ਆਏ। ਮੈਂ ਨਾ ਮੇਰੇ ਕੋਲ ਉਦੋਂ ਜਿਹੜੀਆਂ ਪ੍ਰਾਈਵੇਟ ਬੱਸਾਂ ਸੀ ਇਹਨਾਂ ਦੇ ਟਿਕਟ ਬੜੇ ਲੰਬੇ ਲੰਬੇ ਹੁੰਦੇ ਸੀਗੇ, ਮੈਂ ਆਪਣੀ ਜੇਬ ਦੇ ਵਿੱਚੋਂ ਟਿਕਟ ਕੱਢਿਆ, ਟਿਕਟ ਕੱਢ ਕੇ ਮੈਂ ਉਹਦੇ ਉੱਤੇ ਇਹ ਆਪਣਾ ਆਈਡੈਂਟੀ ਕਾਰਡ ਹੇਠਾਂ ਰੱਖ ਕੇ ਉਹਦੇ ਉੱਤੇ ਇਹ ਗੀਤ ਲਿਖਿਆ। ਇਹ ਪੁਰਾਣੀ ਕਚਹਿਰੀ ਤੋਂ ਲੈ ਕੇ ਸਿਵਲ ਲਾਈਨਸ ਬੱਤੀਆਂ ਵਾਲੇ ਚੌਂਕ ਤੋਂ ਲੈ ਕੇ ਬੱਸ ਸਟੈਂਡ ਤੱਕ ਮੈਂ ਟਿਕਟ 'ਤੇ ਬਹਿ ਕੇ ਗੀਤ ਲਿਖਿਆ। ਥੋਟ ਬਣਿਆ ਸੀਗਾ, ਮੇਰੀ ਲਿਖਣ ਦੀ ਸਪੀਡ ਬਹੁਤ ਆ, ਮੈਂ ਉਹ ਸਾਰਾ ਥੋਟ ਲਿਖ ਕੇ ਮੈਂ ਬੱਸ ਸਟੈਂਡ ਦੇ ਉੱਤਰਨ ਤੱਕ ਉਹ ਗੀਤ ਕੰਪਲੀਟ ਕਰ ਲਿਆ ਸੀ। ਅੱਛਾ, ਹਾਂਜੀ ਹਾਂ। ਅਤੇ ਮੇਰੀ ਖੁਸ਼ਕਿਸਮਤੀ ਇਹ ਵੀ ਅਮਰ ਸਿੰਘ ਚਮਕੀਲਾ ਪ੍ਰੋਗਰਾਮ ਲਾ ਕੇ ਆਪਣੇ ਆਫਿਸ ਦੇ ਮੂਹਰੇ ਖੜਾ ਹੀ ਸੀਗਾ ਜੀ, ਮੈਂ ਅਮਰ ਸਿੰਘ ਚਮਕੀਲੇ ਨੇ ਲਿਖਿਆ, ਮੈਂ ਕਿਹਾ ਵੀ ਇੱਕ ਡਿਫਰੈਂਟ ਥੋਟ ਦੇ ਉੱਤੇ ਗੀਤ ਲਿਖ ਕੇ ਲੈ ਕੇ ਆਇਆ, ਵੀ ਲੈ ਪੜ੍ਹ ਤੂੰ। ਉਹਨੇ ਪੜ੍ਹਿਆ ਗੀਤ, ਪੜ੍ਹ ਕੇ ਉਹਨੇ ਸਾਰਾ ਪੜ੍ਹ ਕੇ ਉਹਨੇ ਮੈਨੂੰ ਹਿੱਕ ਨਾ ਲਾ ਲਿਆ। ਹਾਂ, ਕਹਿੰਦਾ ਵੀ ਸਵਰਨ ਸਿੰਘ, ਕਹਿੰਦਾ ਵੀ ਗੀਤ ਨੇ ਮੈਨੂੰ ਤਾਂ ਅਮਰ ਕਰਨਾ ਹੀ ਕਰਨਾ, ਤੈਨੂੰ ਵੀ ਅਮਰ ਕਰੂਗੇ ਗੀਤ। ਅੱਛਾ, ਵੀ ਇੱਕ ਨਵੀਂ ਚੀਜ਼। ਅਤੇ ਦੂਸਰੇ ਦਿਨ ਅਮਰ ਸਿੰਘ ਚਮਕੀਲੇ ਦਾ ਜਿਹੜਾ ਪ੍ਰੋਗਰਾਮ ਕਿਤੇ ਨਜ਼ਦੀਕ ਸੀ, ਉਹ ਕਹਿੰਦਾ ਵੀ ਤੂੰ ਕੱਲ੍ਹ ਨੂੰ ਇੱਦਾਂ ਕਰੀ, ਕੱਲ੍ਹ ਨੂੰ 2 ਵਜੇ ਆਫਿਸ ਦੇ ਵਿੱਚ ਆਈ, ਆਪਣੀ ਕੰਪੋਜੀਸ਼ਨ ਬਣਾਉਣੀ ਆ ਮੋਟਰ 'ਤੇ ਜਾ ਕੇ, ਉਹਨਾਂ ਦੀ ਸੱਤਿਆਲ ਢੇਰੀ ਚਮਕ ਅਮਰ ਸਿੰਘ ਚਮਕੀਲੇ ਦੇ 12 ਕਿੱਲੇ ਜ਼ਮੀਨ ਸੀਗੀ ਲੁਧਿਆਣੇ ਦੇ ਨਾਲ, ਉੱਥੇ ਜੀ ਅਸੀਂ ਆ ਗਏ। ਟਹਿਣਾ ਸਾਹਿਬ, ਮੈਂ ਤਾਂ ਇਹ ਗੀਤ ਲਿਖਿਆ ਸੀ ਆਪਣੇ ਕੁਲਦੀਪ ਮਾਨਕ ਸਾਹਿਬ ਦਾ ਗੀਤ ਸੀਗਾ, ਰਾਂਝਾ ਜੋਗੀ ਹੋ ਗਿਆ ਕੰਨੀ ਮੁੰਦਰਾ ਪਾਈਆਂ ਚੌਧਰ ਛੱਡੀ ਪਿੰਡ ਦੀ ਛੱਡੀਆਂ ਭਰਜਾਈਆਂ, ਉਸ ਤਰਜ਼ ਦੇ ਮੈਂ ਗੀਤ ਲਿਖਿਆ ਸੀ, ਦੱਸਿਆ ਨਹੀਂ ਸੀ ਅਮਰ ਸਿੰਘ ਚਮਕੀਲੇ ਨੂੰ ਵੀ ਇਸ ਤਰਜ਼ ਦੇ ਉੱਤੇ ਗੀਤ ਲਿਖਿਆ। ਅਮਰ ਸਿੰਘ ਚਮਕੀਲੇ ਨੇ ਜੀ ਉੱਥੇ ਟਹਿਣਾ ਸਾਹਿਬ 2-2.5 ਘੰਟੇ ਦੀ ਮਸ਼ਕਤ ਕੀਤੀ, ਨਾਲ ਸੱਤਾ ਸੀਗਾ ਉਹਨੂੰ ਢੋਲਕ 'ਤੇ ਲੈ ਗਿਆ, 2-2.5 ਘੰਟੇ ਖਹਿੰਦਾ ਰਿਹਾ ਖਹਿੰਦਾ ਰਿਹਾ ਖਹਿੰਦਾ ਰਿਹਾ ਖਹਿੰਦਾ ਰਿਹਾ, ਜਦੋਂ ਕੰਪੋਜੀਸ਼ਨ ਬਣ ਕੇ ਆਈ, ਆਹ ਹਾ ਹਾ ਹਾ, ਕਿਆ ਬਾਤ ਆ ਬਈ, ਅਮਰ ਕਰ ਗਈ ਸਾਨੂੰ ਵੀ ਅਤੇ ਉਹ ਅਮਰ ਸਿੰਘ ਚਮਕੀਲੇ ਨੇ ਵੀ। ਸਾਤੋਂ ਬਾਬਾ ਕੋਲ ਤੁਹਾਡਾ ਮੇਲ ਕਿਵੇਂ ਹੋਇਆ ਸੀ ਚਮਕੀਲੇ ਦੇ ਨਾਲ? ਇਹ ਵੀ ਇੱਕ ਜੀ ਪਰਮਾਤਮਾ ਨੇ ਇੱਕ ਮੇਰੀ ਜ਼ਿੰਦਗੀ ਦੇ ਵਿੱਚ ਗੋਲਡਨ ਟਰਨਿੰਗ ਪੁਆਇੰਟ ਲੈ ਕੇ ਆਉਣਾ ਸੀਗਾ। ਮੈਂ ਟਹਿਣਾ ਸਾਹਿਬ ਕਚਹਿਰੀਆਂ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਇਨਕਮ ਟੈਕਸ ਦੇ ਵਿੱਚ ਸੰਗਰੂਰ ਬਤੌਰ ਸਟੈਨੋਗ੍ਰਾਫਰ ਲੱਗਿਆ ਸੀਗਾ, ਉੱਥੇ ਮੈਂ ਪ੍ਰੇਮ ਬਸਤੀ ਦੇ ਵਿੱਚ ਰਹਿੰਦਾ ਸੀ, ਮੈਂ ਹਫ਼ਤੇ ਬਾਅਦ ਆਉਂਦਾ ਸੀ, ਕਈ ਵਾਰ ਡੇਲੀ ਵੀ ਆਉਂਦਾ ਸੀ ਜੇ ਕੋਈ ਡਾਕ ਡੁਕ ਹੁੰਦੀ ਤੀ ਆ ਜਾਂਦੇ ਜੀ। ਉੱਥੇ ਇੱਕ ਮਾਸਟਰ ਸੀ ਅਸ਼ੋਕ ਕੁਮਾਰ, ਮਿਊਜ਼ਿਕ ਦੇ ਟੀਚਰ ਸੀ ਉਹ, ਉਹਨਾਂ ਨਾਲ ਮੇਰਾ ਮੇਲ ਹੋਇਆ ਸੀ, ਉਹ ਉਹਨਾਂ ਨੂੰ ਪਤਾ ਸੀ ਵੀ ਮੁੰਡਾ ਲੁਧਿਆਣੇ ਤੋਂ ਆਉਂਦਾ, ਉਹ ਮੈਨੂੰ ਕਹਿੰਦੇ ਵੀ ਭਾਈ ਸਾਹਿਬ ਵੀ ਤੁਸੀਂ ਲੁਧਿਆਣੇ ਡੇਲੀ ਅਪ ਡਾਊਨ ਕਰਦੇ ਹੋ? ਮੈਂ ਕਿਹਾ ਜੀ ਕੈਜੂਅਲੀ ਵੀ ਕਰ ਲੈਂਦਾ ਅਤੇ ਮੈਂ ਡੇਲੀ ਅਪ ਡਾਊਨ ਵੀ ਕਰ ਲੈਂਦਾ, ਦੱਸੋ ਤੁਸੀਂ ਹੁਕਮ ਕਰੋ। ਉਹ ਕਹਿੰਦੇ ਮੇਰੀ ਇੱਕ ਚਿੱਠੀ ਹੈ ਵੀ ਤੁਸੀਂ ਇਹ ਸੁਰਿੰਦਰ ਸ਼ਿੰਦਾ ਜੀ ਦੇ ਆਫਿਸ ਦੇ ਵਿੱਚ ਦੇ ਦੇਵੋਗੇ? ਅੱਛਾ, ਸ਼ਿੰਦਾ ਜੀ ਦਾ ਆਫਿਸ ਜਿਹੜਾ ਜਿਹੜਾ ਆਪਣੇ ਅੱਡਾ ਫੀਸ ਸੀ ਬੱਸ ਸਟੈਂਡ, ਉਹਦੇ ਬਿਲਕੁਲ ਆਪੋਜਿਟ ਸੀਗਾ, ਬਿਲਕੁਲ ਸਹੀ, ਉੱਥੇ ਅਮਰ ਸਿੰਘ ਚਮਕੀਲੇ ਦਾ ਦਫ਼ਤਰ ਸੀਗਾ। ਮੈਂ ਚਿੱਠੀ ਫੜਾਉਣ ਵਾਸਤੇ ਉੱਪਰ ਚਲੇ ਗਿਆ ਕਿਉਂਕਿ ਪਹਿਲੀ ਮੰਜ਼ਿਲ 'ਤੇ ਚਵਾਰੇ 'ਚ ਸੀ ਸੁਰਿੰਦਰ ਸ਼ਿੰਦੇ ਦਾ ਦਫ਼ਤਰ, ਮੈਂ ਉੱਥੇ ਗਿਆ। ਸ਼ਿੰਦਾ ਜੀ ਤਾਂ ਉੱਥੇ ਹੈ ਨਹੀਂ ਸੀ, ਉਹਨਾਂ ਦਾ ਬੁਕਿੰਗ ਕਲਰਕ ਸੀ ਸੇਵਾ ਸਿੰਘ ਨਰੌਰ ਤੋਂ, ਜਿਹੜਾ ਬੜਾ ਵਧੀਆ ਗੀਤਕਾਰ ਆ। ਮੈਂ ਉਹਨੂੰ ਚਿੱਠੀ ਫੜਾਈ, ਮੈਂ ਕਿਹਾ ਭਾਈ ਸਾਹਿਬ ਇਹ ਮਾਸਟਰ ਅਸ਼ੋਕ ਕੁਮਾਰ ਜੀ ਨੇ ਤੁਹਾਨੂੰ ਸ਼ਿੰਦਾ ਜੀ ਵਾਸਤੇ ਸੰਗਰੂਰ ਤੋਂ ਇੱਕ ਲੈਟਰ ਭੇਜੀ ਆ ਵੀ ਤੁਸੀਂ ਇਹ ਲੈਟਰ ਆ ਜਿਹੜੀ ਇਹ ਉਹਨਾਂ ਨੂੰ ਦੇ ਦਿਓ। ਉਹ ਕਹਿੰਦਾ ਠੀਕ ਆ ਜੀ। ਮੈਂ ਪੌੜੀਆਂ ਉੱਤਰ ਕੇ ਜਦੋਂ ਅਮਰ ਸਿੰਘ ਚਮਕੀਲੇ ਦੇ ਦਫ਼ਤਰ ਦੇ ਅੱਗੋਂ ਦੀ ਲੰਘਣ ਲੱਗਿਆ ਤਾਂ ਉਹਨਾਂ ਨੇ ਦੇਖਿਆ ਵੀ ਬੰਦੇ ਦੇ ਹੱਥ ਦੇ ਵਿੱਚ ਡੈਰੀ ਆ, ਦਾੜਾ ਖੁੱਲ੍ਹਾ, ਵੀ ਬੰਦਾ ਇਹ ਨੋਰਮਲ ਪਰਸਨ ਨਹੀਂ, ਕੁਛ ਨਾ ਕੁਛ ਚੀਜ਼ ਹੈ ਇਹ। ਅੱਛਾ ਜੀ। ਮੈਂ ਜਦ ਨੂੰ ਅੱਡਾ ਫੀਸ ਜਾ ਕੇ ਬੱਸ ਸਟੈਂਡ ਦੇ ਉਹਦੇ ਸਾਹਮਣੇ ਗੇਟ 'ਤੇ ਆਪਣੀ ਬੱਸ 'ਤੇ 5:10 'ਤੇ ਮੇਰੀ ਬੱਸ ਆਉਣੀ ਸੀ, ਉਹਦੀ ਵੇਟ ਕਰਨ ਲੱਗਿਆ, ਇਹਨੇ ਕਿੱਕਰ ਡਾਲੇ ਵਾਲਾ ਜਿਹੜਾ ਅਮਰ ਸਿੰਘ ਚਮਕੀਲੇ ਦਾ ਸ਼ਗਿਰਦ ਸੀ ਉਹ ਮੇਰੇ ਕੋਲ ਭੇਜਿਆ, ਕਹਿੰਦਾ ਵੀ ਜਾ ਬੁਲਾ ਕੇ ਲਿਆ ਜਾ ਰਹੋ ਗਿਆਨੀ ਜੀ ਨੂੰ ਵੀ ਆਪਾਂ ਗੱਲ ਕਰਨੀ ਉਹਨਾਂ ਦੇ ਨਾਲ ਕੋਈ। ਅਤੇ ਮੇਰੇ ਕੋਲ ਆਇਆ ਇਹ ਕਿੱਕਰ ਡਾਲੇ ਵਾਲਾ। ਇਹ ਕਲਾਕਾਰਾਂ ਦੇ ਵਿੱਚ ਇੱਕ ਫਿਤਰਤ ਬਣੀ ਹੈ ਵੀ ਆ ਕੇ ਪੈਰੀਂ ਹੱਥ ਲਾਉਂਦੇ ਨੇ ਬੰਦੇ ਦੀ, ਇਹਨੇ ਮੇਰੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਯਾਰ ਬੰਦਾ ਮੇਰੇ ਪੈਰੀਂ ਹੱਥ ਕਾਹਤੇ ਲਾ ਰਿਹਾ? ਇਹ ਮੈਨੂੰ ਕਹਿੰਦਾ ਵੀ ਭਾਅ ਜੀ ਵੀ ਤੁਹਾਨੂੰ ਚਮਕੀਲਾ ਭਾਅ ਜੀ ਯਾਦ ਕਰਦੇ ਨੇ। ਮੈਂ ਕਿਹਾ ਯਾਰ ਚਮਕੀਲਾ ਤਾਂ ਹੋਇਆ ਪਰ ਭਾਅ ਜੀ ਕਿੱਦਣ ਤੋਂ ਹੋ ਗਿਆ ਉਹ ਬਈ, ਕਿਉਂਕਿ ਮੇਰੇ ਅੰਦਰ ਚਮਕੀਲੇ ਉਦੋਂ ਚਮਕੀਲੇ ਪ੍ਰਤੀ ਇੰਨੀ ਜ਼ਿਆਦਾ ਨਾ ਨਾ ਡਰ ਗਿਆ। ਫਿਰ ਉਹ ਉਹਨੇ ਜਾ ਕੇ ਦੱਸਤਾ ਜੋ ਮੈਂ ਕਿਹਾ ਅਮਰ ਸਿੰਘ ਚਮਕੀਲੇ ਨੂੰ। ਫਿਰ ਅਮਰ ਸਿੰਘ ਚਮਕੀਲਾ ਖੁਦ ਆਪ ਆਇਆ। ਅਮਰ ਸਿੰਘ ਚਮਕੀਲੇ ਦੇ ਉਦੋਂ ਮੂੰਗੀਆ ਕਲਰ ਦੀ ਕਟਰਾਈ ਪਹਿਨੀ ਹੋਈ ਸੀ ਅਤੇ ਲਾਈਟ ਗ੍ਰੀਨ ਕਲਰ ਦੀ ਸ਼ਰਟ ਪਹਿਨੀ ਹੋਈ ਸੀ, ਰੇਵਨ ਦੀ ਐਨਕਾਂ ਲੱਗੀਆਂ ਹੋਇਆ ਸੀਗੀਆਂ ਅਤੇ ਮੈਨੂੰ ਐਂ ਲੱਗਦਾ ਸੀ ਜਿਵੇਂ ਅਮਿਤਾਭ ਬੱਚਨ ਤੁਰਿਆ ਆ ਰਿਹਾ। ਹਾਂ, ਅਤੇ ਮੈਂ ਮੇਰੇ ਕੰਨੀ ਆ ਰਿਹਾ, ਮੈਂ ਵੈਸੇ ਹੀ ਕਿਉਂਕਿ ਅਮਰ ਸਿੰਘ ਚਮਕੀਲੇ ਦੀ ਗੀਤਾਂ 'ਤੇ ਪਹਿਚਾਣ ਤਾਂ ਫੜ ਲੈਣਾ ਬਣੀ ਹੋਈ ਸੀ ਜੀ।
ਮੈਂ ਕਿਹਾ ਯਾਰ ਆ ਬੰਦਾ ਵੀ ਮੇਰੇ ਵੱਲ ਨੂੰ ਆ ਰਿਹਾ ਆ ਕੇ ਇਹਨੇ ਵੀ ਪੈਰੀ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਮਤਲਬ ਤੁਹਾਨੂੰ ਪਛਾਣ ਨਹੀਂ ਸੀ ਨਾ ਜੀ ਨਾ ਮੈਨੂੰ ਨਹੀਂ ਪਛਾਣਾ ਬਸ ਨਹੀਂ ਮਿਲਦਾ ਵੈਸੇ ਇਹਦੇ ਪਿੰਡ ਮੇਰੀਆਂ ਦੋ ਭੂਆ ਨੇ ਮੈਂ ਇਹਨੂੰ ਨਿਆਣੇ ਹੁੰਦੇ ਨੂੰ ਗਾਉਂਦਾ ਵੀ ਦੇਖਿਆ ਸਾਡੀ ਮੁਲਾਕਾਤ ਵੀ ਹੋਈ ਮੈਂ ਵੀ ਗੀਤ ਸੁਣਦੇ ਇਹ ਵੀ ਗਾਉਂਦਾ ਸੀ ਕੁਲਦੀਪ ਮਾਣਕ ਦੇ ਗੀਤ ਗਾਉਂਦਾ ਹੁੰਦਾ ਸੀ ਅਸੀਂ ਮਾਮਸੀ ਦੇ ਗੀਤ ਗਾਉਂਦੇ ਹੁੰਦੇ ਸੀ ਅਸੀਂ ਦੇਖਿਆ ਸੀ ਯਾਰ ਮੁੰਡਾ ਨਿੱਕਾ ਜਿਹਾ ਹੁੰਦਾ ਤੂੰ ਵੀ ਕਿੰਨੀ ਵਧੀਆ ਵਜਾਉਂਦਾ ਵੀ ਹਰਮੋਨੀ ਨਿੱਕਾ ਜਿਹਾ ਕੋਲ ਹਰਮੋਨੀਅਮ ਦਾ ਉਹ ਵਜਾਉਂਦਾ ਪਰ ਫਿਰ ਉਸ ਤੋਂ ਬਾਅਦ ਮੈਂ ਤਾਂ ਆਪਣੀ ਸਟੱਡੀ ਦੇ ਵਿੱਚ ਮਸਰੂਫ ਹੋ ਗਿਆ ਸੀ ਮੈਨੂੰ ਇਹਦਾ ਪਿੰਡ ਦਾ ਨਾਮ ਤਾਂ ਧਨੀ ਰਾਮ ਸੀ ਮੈਨੂੰ ਤਾਂ ਇਹ ਤਾਂ ਪਤਾ ਨਹੀਂ ਸੀਗਾ ਵੀ ਇਹ ਉਹ ਬੰਦਾ ਜਿਹੜਾ ਵੀ ਮਤਲਬ ਜਿਹੜਾ ਸਾਡੀ ਭੂਆ ਦੀ ਉਹਨਾਂ ਤੇ ਮੱਝਾਂ ਚਾਰਦਾ ਹੁੰਦਾ ਸੀ ਖੇਤਾਂ ਦੇ ਵਿੱਚ ਇਹ ਨਹੀਂ ਸੀ ਪਤਾ ਦੇਖਿਆ ਹੋਇਆ ਸੀ ਮੇਰੀਆਂ ਦੋ ਭੂਆ ਸੀ ਉੱਥੇ ਇਹਦੇ ਡਰਾਮੇ ਵੀ ਦੇਖੇ ਸੀ ਇਹਦੇ ਨਾਲ ਬਹਿ ਕੇ ਇਹਨੂੰ ਵੀ ਗੀਤ ਸੁਣਾਏ ਸੀ ਅਸੀਂ ਸਾਨੂੰ ਕੀ ਪਤਾ ਸੀ ਬੰਦਾ ਕਿਦਾਂ ਸਟਾਰ ਬਣੂਗਾ ਹਾਂ ਤੇ ਫਿਰ ਉਹ ਆਇਆ ਮੈਂ ਕਿਹਾ ਭਾਈ ਸਾਹਿਬ ਤੁਸੀਂ ਮੈਨੂੰ ਕੋਈ ਗਲਤ ਪਰਸਨ ਸਮਝ ਰਹੇ ਹੋ ਪਹਿਲਾਂ ਵੀ ਇੱਕ ਭਾਈ ਸਾਹਿਬ ਆਇਆ ਸੀ ਕਿ ਤੁਸੀਂ ਮੈਂ ਪੈਰੀਆਂ ਤਲਾਉਣਾ ਮੈਂ ਕੋਈ ਸਾਧੂ ਸੰਤ ਨਹੀਂ ਨਾ ਮੈਂ ਕੋਈ ਵੱਡਾ ਅਫਸਰ ਹਾਂ ਤੁਹਾਨੂੰ ਕਿਸੇ ਨੂੰ ਕੋਈ ਮੇਰੇ 'ਤੇ ਜ਼ਰੂਰ ਭੁਲੇਖਾ ਪੈ ਰਿਹਾ ਉਹ ਕਹਿੰਦਾ ਬਾਈ ਦਾਸ ਨੂੰ ਕਹਿੰਦਾ ਅਮਰ ਸਿੰਘ ਚਮਕੀਲਾ ਕਹਿੰਦੇ ਨੇ ਜਦ ਉਹਨੇ ਇੰਨੀ ਨਿਮਰਤਾ ਦੇ ਨਾਲ ਕਿਹਾ ਮੈਂ ਕਿਹਾ ਉਹ ਡਾਢਿਆ ਮੈਂ ਕਿਹਾ ਤੂੰ ਤੇਰੇ ਕੋਲ ਹੈ ਕੀ ਇਹ ਅੱਜ ਦਾ ਸਟਾਰ ਕਲਾਕਾਰ ਆ ਚਾਹੇ ਕਿੱਡਾ ਇਹਦੇ 'ਚ ਕਿੰਨੀ ਨਿਮਰਤਾ ਤੂੰ ਕਿਹੜੇ ਹੈਂਕੜ 'ਚ ਬੋਲ ਰਿਹਾ ਅਤੇ ਮੇਰਾ ਜਿਹੜਾ ਉਦੋਂ ਜਿਹੜੀ ਈਗੋ ਸੀ ਜਾਂ ਜਿਹੜਾ ਹੰਕਾਰ ਸੀ ਉਸੇ ਟਾਈਮ ਢਹਿ ਢੇਰੀ ਹੋ ਗਿਆ ਵਾਹ ਬਹੁਤ ਕਮਾਲ ਦੀ ਗੱਲ ਹੈ ਇਹ ਇੱਥੋਂ ਤੁਹਾਡੀ ਸ਼ੁਰੂਆਤ ਹੋ ਜਾਂਦੀ ਹੈ ਮੇਲ ਮਿਲਾਪ ਦੀ ਸਾਂਝ ਲਈ ਅਤੇ ਗੱਲਬਾਤ ਦਾ ਸਿਲਸਿਲਾ ਆਪਾਂ ਇਸੇ ਤਰੀਕੇ ਨਾਲ ਜਾਰੀ ਰੱਖਣਾ ਬਾਈ ਜੀ ਜੱਜ ਦਾ ਵਿਚਾਰ ਸੋ ਉੱਥੋਂ ਤੱਕ ਤਾਂ ਆਪਾਂ ਜਾਣ ਲਿਆ ਕਿ ਜਦੋਂ ਚਮਕੀਲਾ ਹੋਰੀ ਤੁਹਾਨੂੰ ਆ ਕੇ ਮਿਲੇ ਅਤੇ ਉਸ ਤੋਂ ਅੱਗੇ ਫਿਰ ਕੀ ਹੋਇਆ ਕਿੱਥੇ ਗਏ ਲੈ ਕੇ ਗਏ ਨਹੀਂ ਉਹ ਕਹਿੰਦਾ ਜੀ ਮੈਂ ਤੁਹਾਨੂੰ ਆਪਣੇ ਦਫ਼ਤਰ ਤੱਕ ਲੈ ਕੇ ਜਾਣਾ ਚਾਹੁੰਦਾ ਮੈਨੂੰ ਨਾਲ ਲੈ ਕੇ ਗਏ ਜੀ ਉਹਨਾਂ ਦੇ ਨਾਲ ਲੈ ਕੇ ਅੰਦਾਜ਼ ਦੇ ਵਿੱਚ ਜਾਣੀ ਮਤਲਬ ਬਹੁਤ ਨਿਮਰਤਾ ਸੀ ਫਿਰ ਉਹਨਾਂ ਨੇ ਜਦੋਂ ਮੈਨੂੰ ਆਪਣੇ ਦਫ਼ਤਰ ਦੇ ਵਿੱਚ ਐਂਟਰ ਕਰਨ ਲਈ ਬੜੇ ਬਹੁਤ ਹੀ ਸਲੀਕੇ ਨਾਲ ਕਹਿੰਦਾ ਜੀ ਆਓ ਅੰਦਰ ਪਰ ਤੁਹਾਡੇ ਮਨ 'ਚ ਧੁੜਕੂ ਨਹੀਂ ਸੀ ਵੀ ਕੋਈ ਅਣਜਾਣ ਬੰਦਾ ਹੈ ਮਤਲਬ ਚਲੋ ਠੀਕ ਹੈ ਗਾਇਕ ਦੇ ਤੌਰ 'ਤੇ ਤਾਂ ਤੁਸੀਂ ਉਹਨਾਂ ਦਾ ਨਾਂ ਸੁਣਿਆ ਸੀ ਪਰ ਇੱਕ ਬੱਸ ਅੱਡੇ ਦੇ ਉੱਪਰ ਤੁਸੀਂ ਖੜੇ ਹੋ ਅਤੇ ਕੋਈ ਵੀ ਬੰਦਾ ਆ ਕੇ ਕਹਿੰਦਾ ਵੀ ਇੱਕ ਮਿੰਟ ਮੇਰੇ ਨਾਲ ਚੱਲੋ ਅਤੇ ਉਹ ਦੌਰ ਵੀ ਕੈਸਾ ਦੌਰ ਸੀ ਅਤੇ ਮਨ 'ਚ ਧੁੜਕੂ ਨਹੀਂ ਸੀ ਵੀ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਕੀ ਕਰਨਗੇ ਮੇਰੇ ਨਾਲ ਵੀ ਐਸਾ ਇਹਨਾਂ ਨੂੰ ਮੇਰੇ ਨਾਲ ਕੀ ਕੰਮ ਹੈ ਕਿ ਮੈਨੂੰ ਅਚਾਨਕ ਇੱਥੋਂ ਖੜੇ ਨੂੰ ਕਹਿੰਦੇ ਵੀ ਨਾਲ ਚੱਲੋ ਨਹੀਂ ਇੱਦਾਂ ਦਾ ਧੁੜਕੂ ਨਹੀਂ ਸੀ ਮੈਨੂੰ ਇੱਕ ਥੋੜ੍ਹਾ ਜਿਹਾ ਨਾ ਆਪਣੇ ਆਪ 'ਤੇ ਫਖਰ ਜਾਂ ਇੱਕ ਖੁਸ਼ੀ ਮਹਿਸੂਸ ਹੋ ਰਹੀ ਸੀ ਵੀ ਅਮਰ ਸਿੰਘ ਚਮਕੀਲਾ ਜਿਹਨੂੰ ਦੁਨੀਆ ਦੇਖਣ ਜਾਂਦੀ ਹੈ ਜਦ ਉਹ ਮੇਰੇ ਕੋਲ ਚੱਲ ਕੇ ਆਇਆ ਪਤਾ ਨਹੀਂ ਕੀ ਗੱਲ ਹੈ ਅਤੇ ਮੈਂ ਕਿਹਾ ਵੀ ਹੋ ਸਕਦਾ ਇਹਦੀ ਕੋਈ ਪ੍ਰੋਬਲਮ ਹੋਵੇ ਮੇਰੇ ਤੋਂ ਸੋਲਵ ਹੋਣੀ ਮੈਨੂੰ ਇੱਕ ਨਸ਼ਾ ਜਿਹਾ ਦੀ ਯਾਰ ਮੈਨੂੰ ਸਟਾਰ ਬੰਦਾ ਲੈ ਕੇ ਜਾ ਰਿਹਾ ਅਤੇ ਬਾਈ ਜੀ 13 ਗੀਤ ਜਿਹੜੇ ਉਹਨਾਂ ਨੇ ਤੁਹਾਡੇ ਗਾਏ ਆ ਧਾਰਮਿਕ ਉਹਨਾਂ ਦੇ ਬੋਲ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਈਆਂ ਨੂੰ ਨਹੀਂ ਵੀ ਪਤਾ ਹੋਣਾ ਕਿ ਆਹ ਵੀ ਤੁਹਾਡੇ ਲਿਖੇ ਆ ਨੀ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦੁਆਰੇ ਤਾਂ ਅੱਜ ਖਾਲਸੇ ਦੇ ਸਿਰ ਸੋਂਹਦੀਆਂ ਨੇ ਦਸਤਾਰਾਂ ਕੇਸਰੀ ਪੀਰਾਂ ਦਾ ਪੀਰ ਕੁੜੇ ਸੁੱਟਾ ਜੰਡ ਦੇ ਥੱਲੇ ਪਟਨੇ ਸ਼ਹਿਰ ਵਿੱਚ ਚੰਨ ਚੜਿਆ ਜੱਗ ਹੋਈਆਂ ਰਚਨਾਈਆਂ ਅਤੇ ਬਾਬਾ ਦੀਪ ਸਿੰਘ ਦੇ ਹੋਣ ਦੀ ਬਾਬੇ ਖੜਕਾ ਕੇ ਬਾਬੇ ਹਰਿਮੰਦਰ ਜਾ ਕੇ ਸੀਸ ਚੜ੍ਹਾਉਣਾ ਹੈ ਆਰਾ ਲੱਗਦਾ ਜਲਾਦਾ ਤੇਰਾ ਪਿਆਰਾ ਹੌਲੀ ਹੌਲੀ ਚੀਰ ਸੀਸ ਨੂੰ ਨਾਮ ਜਪ ਲੈ ਨਵਾਣੀ ਜਿੰਦੇ ਮੇਰੀ ਆ ਔਖੇ ਵੇਲੇ ਕੰਮ ਆਊਗਾ ਅਤੇ ਬਾਬਾ ਫਰੀਦ ਦਾ ਗੀਤ ਸੀਗਾ ਖੜ੍ਹੇ ਫੱਕਰ ਪਿਆਸੇ ਨੀ ਪਲਾ ਦੀ ਬੀਬੀ ਬਾਣੀ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ ਆਓ ਭੈਣੋ ਵੀਰਾਂ ਦੀਆਂ ਗਾਈਏ ਘੋੜੀਆਂ ਪਾਣੀ ਦਾ ਬੁਲਬ ਲਿਆ ਕੀ ਬੁਨਿਆਦਾਂ ਤੇਰੀਆਂ ਉਸ ਤੋਂ ਬਾਅਦ ਜਦੋਂ ਚਮਕੀਲਾ ਜੀ ਤੁਹਾਨੂੰ ਅੰਦਰ ਆਪਣੇ ਦਫ਼ਤਰ ਦੇ ਵਿੱਚ ਲੈ ਗਏ ਤਾਂ ਆਪਾਂ ਅੱਗੇ ਲੜੀ ਜਿਹੜੀ ਆ ਉਹ ਜਾਰੀ ਰੱਖੀ ਵੀ ਫਿਰ ਕੀ ਹੋਇਆ ਕਿ ਉਹਨਾਂ ਨੇ ਅੰਦਰ 16-17 ਬੰਦੇ ਉਹਦੇ ਆਫਿਸ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਬਾਹਰ ਕੱਢਤਾ ਕਹਿੰਦੇ ਵੀ ਮੈਂ ਇਹਨਾਂ ਨਾਲ ਕੋਈ ਸੀਕਰੇਟ ਗੱਲ ਕਰਨੀ ਆ ਜੀ ਮੈਨੂੰ ਕਹਿੰਦੇ ਵੀ ਗੱਲ ਇਹ ਆ ਵੀ ਭਾਈ ਸਾਹਿਬ ਵੀ ਗਿਆਨੀ ਜੀ ਉਹਨਾਂ ਨੇ ਕਿਹਾ ਮੇਰੇ ਤੋਂ ਵੀ ਗਿਆਨੀ ਜੀ ਗੱਲ ਹੈਗੀ ਇੱਦਾਂ ਵੀ ਮੈਨੂੰ ਨਾ ਤਿੰਨ ਥਰੈਟ ਲੈਟਰਸ ਆਏ ਨੇ ਧਮਕੀ ਪੱਤਰ ਆਏ ਨੇ ਅੱਛਾ ਜੀ ਵੀ ਮੈਂ ਤੁਸੀਂ ਮੈਨੂੰ ਸੂਝਵਾਨ ਸੱਜਣ ਲੱਗਦੇ ਹੋ ਮੈਂ ਦੇਖਣਾ ਚਾਹੁੰਦਾ ਬਈ ਉਹ ਵਾਕਈ ਅਸਲ ਧਮਕੀ ਪੱਤਰ ਨੇ ਜਾਂ ਮੇਰੇ ਕੰਪੀਟੀਟਰਾਂ ਨੇ ਮੇਰੇ ਨਾਲ ਕੋਈ ਫਰੋਡ ਕਰਕੇ ਮੇਰਾ ਮਨੋਬਲ ਗਿਰਨ ਖਾਤਰ ਵੀ ਮੈਨੂੰ ਆਪਣੇ ਆਪ ਹੀ ਲੈਟਰ ਪਾਏ ਨੇ ਮੈਂ ਕਿਹਾ ਜੀ ਲਿਆਓ ਦਿਓ ਤੁਸੀਂ ਕਹਿੰਦੇ ਵੀ ਉਹ ਤਾਂ ਮੇਰੇ ਰੈਜੀਡੈਂਸ 'ਤੇ ਪੈ ਰਹੇ ਜਮਾਲਪੁਰ ਅਮਰ ਸਿੰਘ ਚਮਕੀਲਾ ਜੰਮਪਲ ਤਾਂ ਲੁਧਿਆਣੇ ਦਾ ਸੀ ਪਰ ਜਦੋਂ ਅਸਟੈਬਲਿਸ਼ ਸਿੰਗਰ ਬਣ ਗਿਆ ਸੀ ਇਹਨੇ ਆਪਣੀ ਕੋਠੀ ਜਮਾਲਪੁਰ ਪਾ ਲਈ ਸੀ ਠੀਕ ਹੈ ਜੀ ਮੈਂ ਕਿਹਾ ਭਾਈ ਸਾਹਿਬ ਗੱਲ ਹੈਗੀ ਇੱਦਾਂ ਵੀ ਮੇਰੀ 5:10 'ਤੇ ਆਉਣੀ ਆ ਬੱਸ ਤੁਸੀਂ ਕੱਲ੍ਹ ਨੂੰ ਇੱਥੇ ਜਿਹੜੇ ਧਮਕੀ ਪੱਤਰ ਲਿਆਇਓ ਜੇ ਤੁਹਾਡਾ ਪ੍ਰੋਗਰਾਮ ਵੀ ਹੋਇਆ ਤੁਸੀਂ ਆਪਣੇ ਬੁਕਿੰਗ ਕਲਰਕ ਨੂੰ ਦੇ ਦਿਓ ਮੈਂ ਦੇਖ ਕੇ ਮੈਂ ਉਹਦੇ 'ਚ ਲਿਖ ਕੇ ਤੁਹਾਨੂੰ ਬੰਦ ਕਰਕੇ ਰੱਖ ਦੂੰ ਤੁਹਾਡੇ ਬੁਕਿੰਗ ਕਲਰਕ ਨੂੰ ਵੀ ਨਹੀਂ ਪਤਾ ਲੱਗੂ ਮੈਂ ਕੀ ਦੇਖ ਕੇ ਗਿਆ ਉਹ ਕਹਿੰਦਾ ਨਹੀਂ ਜੀ ਵੀ ਤੁਹਾਨੂੰ ਮੈਂ ਆਪਣੀ ਗੱਡੀ ਦੇ ਵਿੱਚ ਪਿੰਡ ਛੱਡਿਆ ਮੈਂ ਕਿਹਾ ਮੇਰਾ ਪਿੰਡ ਦੂਰ ਬਹੁਤ ਆ ਇੱਥੋਂ ਕਹਿੰਦਾ ਨਹੀਂ ਕੋਈ ਗੱਲ ਨਹੀਂ ਜੀ ਮੈਂ ਆਪਣੀ ਗੱਡੀ ਛੱਡਿਆ ਤੁਸੀਂ ਚਲੋ ਮੇਰੇ ਨਾਲ ਮੈਂ ਕਿਹਾ ਚਲੋ ਜੀ ਮੈਂ ਉਹਨਾਂ ਦੀ ਗੱਡੀ ਦੇ ਵਿੱਚ ਪੈ ਗਿਆ ਅੰਬੈਸਡਰ ਗੱਡੀ ਦੀ HRE 1786 ਮੈਨੂੰ ਲਿਆਏ ਇੱਥੇ ਉਹਨਾਂ ਨੇ ਆਪਣੀ ਜਿਹੜੀ ਸੀਗੀ ਅਲਮੀਰਾ ਦੀ ਸੇਫ ਦੇ ਵਿੱਚੋਂ 3 ਲੈਟਰਸ ਉਹਨਾਂ ਨੇ ਦਿਖਾਈਆਂ ਜਿਹੜੀ ਪਿੰਡਰਾਂਵਾਲਾ ਟਾਈਗਰਸ ਫੋਰਸ ਦੀ ਸੀ ਉਹਦੇ ਹੇਠਾਂ ਰਸ਼ਪਾਲ ਸਿੰਘ ਛੰਦੜਾਂ ਜਿਹੜੇ ਉਹਨਾਂ ਦੇ ਕਮਾਂਡਰ ਇਨ ਚੀਫ ਸੀਗੇ ਉਹਨਾਂ ਨੇ ਸਾਈਨ ਕੀਤੇ ਹੋਏ ਸੀ ਮੈਂ ਤਾਂ ਵੈਸੇ ਹੀ ਦੇਖ ਕੇ ਕਹਿਤਾ ਮੈਂ ਕਿਹਾ ਵੀ ਆਹ ਤਾਂ ਹੈਗੀ ਓਰੀਜਨਲ ਕਿਉਂਕਿ ਰਸ਼ਪਾਲ ਸਿੰਘ ਛੰਦੜਾਂ ਜੀ ਜਿਹੜੇ ਮੈਂ ਸਕੂਲ 'ਚ ਪੜ੍ਹਦਾ ਸੀ ਉਹ ਸਕੂਲ
ਧੱਕਾ ਲੱਗਿਆ ਉਹਨੂੰ ਬਹੁਤ। ਉਹ ਕਹਿੰਦਾ ਜੀ ਫਿਰ ਜੇ ਇਹ ਓਰਿਜਨਲ ਆ ਫਿਰ ਆਹ ਵੀ ਕਿਹੜਾ ਫੇਕ ਨੇ, ਇਹ ਵੀ ਕਹਿੰਦਾ ਓਰਿਜਨਲ ਹੀ ਹੋਣਗੇ। ਅੱਛਾ ਜੀ। ਹਾਂ ਮੈਂ ਤੂੰ ਐਂ ਕਰੋ ਫਿਰ ਵੀ ਤੁਸੀਂ ਮੈਨੂੰ ਇਹਦੀਆਂ ਫੋਟੋ ਸਟੈਟ ਕਾਪੀਆਂ ਕਰਾ ਕੇ ਦੇ ਦਿਓ ਤੁਸੀਂ, ਵੀ ਫਿਰ ਵੀ ਮੈਂ ਵੈਰੀਫਿਕੇਸ਼ਨ ਕਰ ਲੈਂਦਾ। ਉਹ ਕਹਿੰਦੇ ਤੁਸੀਂ, ਮੈਂ ਕਹਿੰਦਾ ਓਰਿਜਨਲ, ਤੁਸੀਂ ਓਰਿਜਨਲ ਲੈ ਜਾਓ ਵੀ ਮੈਂ ਫੇਕ ਨਹੀਂ ਕਰਨਾ। ਚਲੋ ਮੈਂ ਤੁਹਾਨੂੰ ਕਹਿੰਦਾ ਤੁਹਾਡੇ ਪਿੰਡ ਛੱਡਿਆ ਮੈਂ। ਜਦੋਂ ਪਿੰਡ ਛੱਡਣ ਆਏ, ਹੁਣ ਜਿਹੜੇ ਰਸਤੇ ਤੋਂ ਤੁਸੀਂ ਅੱਜ ਆਏ ਹੋ ਇਸੇ ਰੋਡ ਚੰਡੀਗੜ੍ਹ ਰੋਡ ਆ ਜੀ, ਰਸਤੇ 'ਚ ਪੈਂਦਾ ਪਿੰਡ ਛੰਦੜਾਂ ਭੈਣੀ ਸਾਹਿਬ ਦੇ ਪਰਲੇ ਪਾਸੇ, ਉਹਦੇ 'ਤੇ ਉਦੋਂ ਮੀਲ ਪੱਥਰ ਦੇ ਉੱਤੇ ਲਿਖਿਆ ਸੀ ਛੰਦੜਾਂ। ਮੈਂ ਉਹਨੂੰ ਵੈਸੇ ਹੀ ਦੱਸਤਾ, ਮੈਂ ਚੰਗੀਲੇ ਆਹ ਰਜਪਾਲ ਸਿੰਘ ਛੰਦੜਾਂ ਦਾ ਪਿੰਡ ਆ, ਛੰਦੜਾਂ ਦਾ ਪਿੰਡ ਸੁਣ ਕੇ ਡਰ ਗਿਆ, ਉਹਦਾ ਹੈਂਡਲ ਡੋਲਣ ਲੱਗ ਗਿਆ। ਮੈਂ ਤੂੰ ਘਬਰਾਉਂਦਾ ਕਾਹਤੇ ਆ? ਕਹਿੰਦਾ ਨਹੀਂ ਜੀ ਮੈਨੂੰ ਬਈ ਡਰ ਲੱਗਦਾ। ਉਹ ਮੈਂ ਕਿਹਾ ਛੰਦੜਾਂ ਦਾ ਇਸ ਟਾਈਮ ਪਤਾ ਨਹੀਂ ਕਿਤੇ ਅੰਮ੍ਰਿਤਸਰ ਬੈਠਾ ਹੋ ਜਾਂ ਫਿਰੋਜ਼ਪੁਰ ਫਿਰਦਾ ਹੋਊ, ਉਹ ਤਾਂ ਪਿੰਡ ਹੈ ਉਹਦਾ। ਬਈ ਨਹੀਂ ਜੀ, ਕਹਿੰਦਾ ਡਰ ਲੱਗਣ ਲੱਗ ਗਿਆ। ਚਲੋ ਆ ਗਿਆ, ਮੈਂ ਘਰ ਆ ਗਈ, ਗੱਡੀ 'ਚ ਮੈਂ ਨਹੀਂ ਉਤਰਿਆ। ਮੈਂ ਕਿਹਾ ਥੋੜ੍ਹੀ ਇੱਕ ਅੱਧੀ ਤਾਂ ਯਾਰ ਚਾਹ ਪਾਣੀ ਪੀ, ਤੂੰ ਐਡਾ ਸਟਾਰ ਆ। ਕਹਿੰਦਾ ਆਪਾਂ ਮਿਲਦੇ ਰਹਾਂਗੇ। ਕਹਿੰਦਾ ਹੁਣ ਤੁਸੀਂ ਮੈਨੂੰ ਉਹ ਰੋਡ ਦੱਸੋ ਵੀ ਜਿਹੜੀ ਛੰਦੜਾਂ ਦੇ ਮੂਹਰੇ 'ਚ ਨਾ ਲੰਘਦੀ ਹੋਵੇ। ਫਿਰ ਉਹਨਾਂ ਮੈਂ ਮੱਛੀ ਵਾੜੇ ਵਾਲੀ ਰੋਡ ਪਾਇਆ, ਮੈਂ ਤੂੰ ਆਹ ਚੱਲ ਜਾ, ਅਤੇ ਫਿਰ ਉਹ ਚਲੇ ਗਿਆ। ਦੂਸਰੇ ਦਿਨ ਫਿਰ ਮੇਰਾ ਉਹ ਇੰਤਜ਼ਾਰ ਕਰ ਰਿਹਾ ਸੀਗਾ ਬਈ ਆ ਜਾਓ, ਅਤੇ ਮੈਂ ਕੁਦਰਤੀ ਸਬੱਬੀ ਮੇਲ ਹੁੰਦਾ ਜੀ, ਮੇਰੇ ਕੋਲ ਛੰਦੜਾਂ ਨਹੀਂ ਸੀ। ਸਾਡੇ ਪਿੰਡ ਨਾ ਸਿੱਖਾਂ ਦਾ ਘਰ ਸਾਡਾ ਹੀ ਸੀਗਾ, ਇਹ ਰਾਤ ਨੂੰ ਦੁੱਧ ਪੀਣ ਸਾਡੇ ਕੋਲ ਆ ਜਾਂਦੇ ਹੁੰਦੇ ਸੀਗੇ ਛੰਦੜਾਂ ਸਾਹਿਬ ਨਾਲ ਮੇਲ ਹੋ ਗਿਆ। ਅਸੀਂ ਕਿਹਾ ਵੀ ਗੱਲ ਹੈਗੀ ਇਹ ਬਈ ਆਹ ਧਮਕੀ ਪੱਤਰ ਕਹਿੰਦੇ ਸਾਡੀ ਨੇ, ਕਹਿੰਦਾ ਦੂਜੇ ਵੀ ਉਹਨਾਂ ਦੇ ਨੇ, ਇਹਨੇ ਕਹਿ ਬੰਦਾ ਬਣ ਕੇ ਗਾਵੇ ਇਹ ਵੀ। ਵੈਸੇ ਕਹਿੰਦੇ ਅਜੇ ਤਾਂ ਧਮਕੀ ਦਿੱਤੀ ਆ, ਕਹਿ ਤਾਂ ਕਰਦੇ ਕੁਰਦੇ ਤਾਂ ਨਹੀਂ, ਪਰ ਇਹ ਤਾਂ ਗੰਦ ਫੈਲਾਇਆ ਪਿਆ ਇਹਨੇ ਤਾਂ ਪੂਰਾ। ਸਾਰੀ ਕਹਿੰਦਾ ਯੂਥ ਇਹਨੇ ਆਪਣੇ ਮਗਰ ਲਾਈ ਪਈ ਹੈਗੀ ਆ, ਸਾਡੀ ਚੀਜ਼ ਨੂੰ ਵੀ ਢਾਹ ਲੱਗਦੀ ਆ ਵੀ ਜਿਹੜੇ ਅਸੀਂ ਉਹਨਾਂ 'ਚ ਗੁਰਸਿੱਖੀ ਜੀਵ ਜਗਾਉਣਾ, ਇਹ ਤਾਂ ਦਿਉਰਾਂ ਭਰਜਾਈਆਂ ਸਾਲੀਆਂ ਦੇ ਗੀਤ ਗਾ ਕੇ ਇਹਨਾਂ ਦਾ ਸਾਰ ਪੰਜਾਬ ਕਮਲਾ ਕੀਤਾ ਪਿਆ। ਮੈਂ ਕਿਹਾ ਜੀ ਚਲੋ ਕੋਈ ਨਾ, ਵੀ ਆਪਣਾ ਬੰਦਾ, ਮੇਰੀਆਂ ਭੂਆ ਨੇ ਉੱਥੇ ਅਤੇ ਮੇਰਾ ਅਜੀਜ਼ ਬੰਦਾ ਹੈਗਾ ਵੀ ਆਪਾਂ ਬਖਸ਼ਣਾ ਹੈ ਬੰਦੇ ਨੂੰ। ਕਹਿੰਦਾ ਵੀ ਮੈਂ ਤੈਨੂੰ ਇੱਕ ਲੈਟਰ ਲਿਖ ਕੇ ਦੇ ਦਿੰਦਾ। ਲੈਟਰ ਕੀ? ਸਾਡੀ ਕਾਪੀ ਦੇ ਵਿੱਚੋਂ ਇੱਕ ਰੈਫਰੈਂਸ ਲੈਟਰ ਲਿਖ ਕੇ ਦੇ ਦਿੱਤਾ। ਕਹਿੰਦਾ ਵੀ ਤੁਸੀਂ ਐਂ ਕਰੋ ਵੀ 42 ਨੰਬਰ ਕਮਰੇ 'ਚ ਦਰਬਾਰ ਸਾਹਿਬ ਜਾਓ, ਅਤੇ ਉੱਥੇ ਤੁਸੀਂ 5 ਮੈਂਬਰੀ ਸਾਡੀ ਕਮੇਟੀ ਆ ਵੀ ਉਹਨਾਂ ਨੂੰ ਤੁਸੀਂ ਇਹ ਦੇ ਦਿਓ, ਅਤੇ ਉਹ ਬਖਸ਼ਣਗੇ, ਉਹ ਬਖਸ਼ ਦੇਣਗੇ। ਦੂਜੇ ਦਿਨ ਚਲੋ ਇਹ ਮੇਰੀ ਵੇਟ ਕਰ ਰਿਹਾ ਸੀ ਅੰਮ੍ਰਿਤ ਸਿੰਘ ਚੰਗੀਲਾ ਆਪਣੇ ਦਫ਼ਤਰ ਦੇ ਮੂਹਰੇ, ਅਤੇ ਜਦੋਂ ਫਿਰ ਇਹ ਵੇਟ ਕਰ ਰਿਹਾ ਸੀਗਾ, ਮੈਂ ਕਿਹਾ ਵੀ ਹੋ ਗਈ ਮੇਰੀ, ਵੀ ਮੈਂ ਚਿੱਠੀ ਵੀ ਲੈ ਲਈ ਹੈਗੀ ਆ ਵੀ ਆਪਾਂ ਨੂੰ 5 ਮੈਂਬਰੀ ਕਮੇਟੀ ਦੇ ਮੂਹਰੇ ਪੇਸ਼ ਹੋਣਾ ਪੈਣਾ, ਸਾਰੇ ਇਹਦੇ ਹੱਲ ਹੋ ਜਾਣਗੇ 3 ਲੈਟਰਾਂ ਦੇ। ਕਾਫੀ ਡਰ ਗਿਆ ਉਹ ਕਹਿੰਦਾ ਵੀ ਮੈਂ ਕਿਹਾ ਆਪਾਂ ਪਰਸੋਂ ਚੱਲਾਂਗੇ ਵੀ ਅੱਜ ਤਾਂ ਮੇਰਾ ਮੈਂ ਜਾਣਾ ਕਰ। ਉਹ ਕਹਿੰਦਾ ਜੀ ਐਂ ਕਰੋ ਵੀ ਮੇਰਾ ਦਿਲ ਨਹੀਂ ਕੱਟਣਾ ਵੀ ਤੁਸੀਂ ਫੋਨ ਕਰ ਦਿਓ, ਫੋਨ 'ਤੇ ਤੁਹਾਨੂੰ ਛੁੱਟੀ ਮਿਲ ਜੂ। ਮੈਂ ਕਿਹਾ ਮਿਲ ਜੂ, ਉੱਥੇ ਕੇ ਪ੍ਰੀਤ ਹੋਟਲ ਆ, ਕੇਰ ਸਿੰਘ ਸਪੇਰ ਦਾ, ਉਹ ਵੀ ਇੱਕ ਸਿੰਗਰ ਆ, ਉਹਦੇ ਲੈਂਡਲਾਈਨ ਫੋਨ ਤੋਂ ਮੇਰੇ ਦਫ਼ਤਰ ਤੋਂ ਫੋਨ ਕਰਾਤਾ ਵੀ ਮੈਂ ਅੱਜ ਆ ਨਹੀਂ ਸਕਦਾ, ਛੁੱਟੀ ਮਿਲ ਗਈ ਮੈਨੂੰ। ਅਸੀਂ ਉੱਥੋਂ ਹੀ ਤਿਆਰੀਆਂ ਖਿੱਚ ਲਈਆਂ, ਉੱਥੇ ਜਾ ਕੇ ਅਸੀਂ ਰਸਤੇ ਦੇ ਵਿੱਚ TMC ਠਕਰਾਲ ਮਿਊਜ਼ਿਕ ਕੰਪਨੀ ਦਾ ਬੰਦਾ ਫਗਵਾੜੇ ਤੋਂ ਸਾਡੇ ਨਾਲ ਰਲ ਗਿਆ, ਮੈਂ ਅਮਰ ਸਿੰਘ ਚਮਕੀਲਾ ਅਤੇ ਹਰਜੀਤ ਗਿੱਲ ਜਿਹੜਾ ਇਹਨਾਂ ਦਾ ਪੇਟੀ ਮਾਸਟਰ ਸੀਗਾ, ਉਹ ਅਸੀਂ ਚੱਲ ਪਏ। ਮੈਂ ਉੱਥੋਂ TMC ਦਾ ਲੈ ਲਿਆ ਸੀ ਫਗਵਾੜੇ ਤੋਂ ਇਹਨਾਂ ਨੂੰ ਜਾ ਕੇ ਜੀ। ਪਹਿਲਾਂ ਤਾਂ ਮੈਂ ਇਹਨਾਂ ਨੂੰ ਉੱਥੇ ਚਤਰ ਸਿੰਘ, ਜੀਵਨ ਸਿੰਘ ਉਹਨਾਂ ਦੇ ਜਿਹੜੇ ਪਬਲਿਸ਼ਰ ਨੇ ਕਿਤਾਬਾਂ ਦੇ, ਉਹਨਾਂ ਦੀ ਦੁਕਾਨ 'ਤੇ ਬਿਠਾਤਾ, ਅਤੇ ਮੈਂ ਆਪ ਖੁਦ 42 ਨੰਬਰ ਕਮਰੇ ਦੇ ਵਿੱਚ ਚਲੇ ਗਿਆ। 42 ਨੰਬਰ ਕਮਰੇ ਦੇ ਉੱਤੇ 5 ਮੈਂਬਰੀ ਕਮੇਟੀ ਦੀ, ਬਾਬਾ ਰੂੜ ਸਿੰਘ, ਬਾਬਾ ਧੰਨਾ ਸਿੰਘ, ਪਰਮਜੀਤ ਸਿੰਘ ਪੰਜਵੜ, ਬਾਬਾ ਗੁਰਬਚਨ ਸਿੰਘ ਮਾਨੋਚਾਲ ਅਤੇ ਬਾਬਾ ਬਸਨ ਸਿੰਘ ਜਫਰਪਾਲ, ਇਹ 5 ਮੈਂਬਰ ਸੀਗੇ ਜੀ। ਅਤੇ ਜਦੋਂ ਇਹ 5 ਮੈਂਬਰ ਸੀਗੇ ਉੱਥੇ ਬੈਠੇ, ਅਤੇ ਮੈਂ ਉਹਨਾਂ ਨੂੰ ਜਾ ਕੇ ਫਤਿਹ ਬੁਲਾਈ, ਅਤੇ ਮੈਂ ਉਹਨਾਂ ਨੂੰ ਆਪਣਾ ਦੱਸਤਾ ਵੀ ਆਇਆ ਜੀ ਮੈਂ ਅਮਰ ਸਿੰਘ ਚਮਕੀਲੇ ਨੂੰ ਨਾਲ ਲੈ ਕੇ ਆਇਆ ਵੀ ਆਹ ਰੈਫਰੈਂਸ ਲੈਟਰ ਆ ਜੀ ਆਪਣੇ ਰਸ਼ਪਾਲ ਸਿੰਘ ਛੰਦੜਾਂ ਦੀ, ਵੀ ਅਸੀਂ ਮਾਫ਼ੀ ਮੰਗਣਾ ਆਇਆ ਉਹਦੇ ਵਾਸਤੇ। ਉਹ ਕਹਿੰਦਾ ਵੀ ਲਿਆਓ ਤੁਸੀਂ। ਮੈਂ ਕਿਹਾ ਵੀ ਬਾਬਾ ਜੀ ਗੱਲ ਹੈਗੀ ਇੱਦਾਂ ਵੀ ਬੜਾ ਚਿਕਨ ਹਾਰਟਡ ਆ ਉਹ, ਵੀ ਤੁਸੀਂ ਉਹਨੂੰ ਘੂਰਿਓ ਨਾ, ਜੇ ਤੁਸੀਂ ਘੂਰ ਵੀ ਦਿੱਤਾ ਨਾ ਉਹ ਬੰਦਾ ਇੱਥੇ ਹੀ ਮਰ ਜੂਗਾ। ਅੱਛਾ ਜੀ। ਉਹ ਕਹਿੰਦਾ ਵੀ ਅਸੀਂ ਰੱਬ ਦੇ ਘਰ ਬੈਠੇ ਹਾਂ ਵੀ ਐਸੀ ਕੋਈ ਗੱਲ ਨਹੀਂ, ਤੂੰ ਲਿਆ, ਅਸੀਂ ਹੁਣ ਇੰਨਾ ਹੀ ਕਹਾਂਗੇ ਵੀ ਤੂੰ ਦੂਜੇ ਗੀਤ ਨਾ ਗਾ, ਵੀ ਤੂੰ ਕਿਸੇ ਲਿਮਿਟ 'ਚ ਰਹਿ ਕੇ ਗਾ। ਚਲੋ ਜੀ, ਮੈਂ ਜਾ ਕੇ ਕਹਿ ਦਿੱਤਾ ਅਮਰ ਸਿੰਘ ਚੰਗੀਲੇ ਨੂੰ, ਮੈਂ ਕਿਹਾ ਵੀ ਗੱਲਬਾਤ ਹੋ ਗਈ, ਸਾਰੇ ਬਾਬੇ ਉੱਥੇ ਹੀ ਨੇ, ਚੱਲ ਪਿਆ ਮੇਰੇ ਨਾਲ। ਫਿਰ ਜਦੋਂ ਜਿੱਥੇ ਐਂਟਰੀ ਆ ਦਰਬਾਰ ਸਾਹਿਬ ਦੀ, ਜਿੱਥੇ ਬੋਲੀ ਬਣੀ ਆਪਾਂ ਪੈਰ ਧੋਨੇ ਆ, ਉੱਥੇ ਕਾ ਕੇ ਥਿੜਕ ਗਿਆ, ਫਿਰ ਰੋਣ ਲੱਗ ਗਿਆ। ਫਿਰ ਮੈਂ ਤੂੰ ਚੰਗੀਲੇ ਰੋਂਦਾ ਕਾਹਤੇ ਆ, ਵੀ ਤੈਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਹੈਗਾ, ਵੀ ਤੈਂ ਮੈਨੂੰ ਬੁਲਾਇਆ ਸੀ, ਮੈਂ ਤਾਂ ਤੇਰੇ ਕੋਲ ਆਪ ਨਹੀਂ ਸੀ ਆਇਆ, ਮੈਂ ਖਬਰ ਤੇਰੇ 'ਚ ਤੇਰਾ ਫਾਇਦਾ ਹੀ ਹੋਵੇ, ਰੋਂਦਾ ਕਾਹਤੇ ਆ? ਮੈਂ ਕਿਹਾ ਨਾਲੇ ਉਹ ਜਿੱਦਾਂ ਤੂੰ ਸਮਝਦਾ ਇੱਦਾਂ ਦੇ ਰੂਪ ਨਹੀਂ, ਉਹ ਤਾਂ ਮੈਂ ਬੈਠੇ ਪਾਠ ਕਰ ਰਹੇ ਨੇ, ਸਮਾਧੀਆਂ ਲੱਗੀਆਂ ਹੋਈਆਂ ਨੇ, ਮੈਂ ਤੈਨੂੰ ਉਹਨਾਂ ਦੇ ਚਿਹਰਿਆਂ ਦੇ ਜਲੌ ਨਹੀਂ ਦੱਸ ਦੇਣਾ ਵੀ ਇਹ ਬੰਦੇ ਰੱਬ ਰੂਪ ਇਨਸਾਨ ਨੇ ਜੀ। ਮੈਂ ਆਪਾਂ ਖਾੜਕੂਆਂ ਦਾ ਦਿਮਾਗ ਦੇ 'ਚ ਇਮੇਜ ਹੋਰ ਤਰ੍ਹਾਂ ਦਾ ਬਣਾਇਆ, ਸੰਤ ਬੰਦੇ ਨੇ। ਚਲੋ ਜੀ, ਕਹਿੰਦਾ ਮੈਂ ਕਹਿੰਦਾ ਮੈਨੂੰ ਲੱਗਦਾ ਨਹੀਂ ਵੀ ਮੈਂ ਜਿਉਂਦਾ ਮੁੜਿਆਂ ਵਾਪਸ। ਮੈਂ ਕਿਹਾ ਤੈਨੂੰ ਲੱਗਦਾ ਵੀ ਦਰਬਾਰ ਸਿੰਘ ਕੱਲ੍ਹ ਕੰਪਲੈਕਸ ਦੇ ਵਿੱਚ ਤੇਰੇ ਗੋਲੀ ਮਾਰੀ ਜਾਊਗੀ, ਇਸ ਤਰ੍ਹਾਂ ਦਾ ਕੋਈ ਕਰਮ ਕਰ ਦੇਣਗੇ ਉਹ? ਮੈਂ ਕਿਹਾ ਯਾਰ ਪਹਿਲਾਂ ਫਿਰ ਗੋਲੀ ਮੈਂ ਖਾਊਂਗਾ, ਮੈਂ ਤਾਂ ਜੇ ਇੱਦਾਂ ਦੀ ਗੱਲ ਆ, ਤੂੰ ਚੱਲ। ਮੈਂ ਕਿਹਾ ਬੜੇ ਠੰਡੇ ਸੁਭਾਅ ਦੇ ਵਿੱਚ ਬੈਠੇ ਹੈਗੇ ਉਹ। ਚਲੋ ਜੀ, ਚਲੇ ਗਏ।
ਅਤੇ ਮੈਂ ਦੱਸਤਾ ਜੀ ਅਮਰ ਸਿੰਘ ਚਮਕੀਲਾ ਬਾਬਾ ਬਸਨ ਸਿੰਘ ਜਫਰਪਾਲ ਨੇ ਇਹਨੂੰ ਬੁੱਕਲ ਚਲੇ ਚਮਕੀਲੇ ਨੂੰ ਹਾਂਜੀ ਹਾਂ ਚਮਕੀਲੇ ਨੂੰ ਕਹਿੰਦਾ ਆਓ ਕਹਿੰਦਾ ਪੰਜਾਬ ਦੇ ਬੱਬਰ ਸ਼ੇਰ ਕਹਿੰਦਾ ਕਲਾਕਾਰ ਆ ਕਹਿੰਦਾ ਪਰ ਤੂੰ ਆਪਣੀ ਬੱਬਰ ਸ਼ੇਰ ਆਵਾਜ਼ ਨੂੰ ਵੀ ਕਿਸੇ ਢੰਗ ਨਾਲ ਵਰਤ ਐਡੀ ਤੈਨੂੰ ਕਲਮ ਕੀ ਦਿੱਤੀ ਆ ਇਹਨੂੰ ਕਿਸੇ ਸਲੀਕੇ ਨਾਲ ਵਰਤ ਅਤੇ ਚੱਲ ਤੂੰ ਆ ਬੈਠ ਚਲੋ ਅਸੀਂ ਜਦੋਂ ਬੈਠਿਆ ਜਿਹੜਾ ਬਾਬਾ ਅਰੂੜ ਸਿੰਘ ਸੀ ਜਿਹੜੇ ਇਹਨਾਂ ਦੇ ਵਿੱਚੋਂ ਮੇਨ ਸੀਗੇ ਜਣੀ ਬਾਬਾ ਅਰੂੜ ਸਿੰਘ ਸੀਗੇ ਜਿਹੜੇ ਮਤਲਬ ਉਸ ਟਾਈਮ ਪਾਠ ਕਰ ਰਹੇ ਸੀਗੇ ਦੋ ਕੁ ਮਿੰਟ ਬਾਅਦ ਉਹਨਾਂ ਨੇ ਅੱਖਾਂ ਤੱਕ ਚੱਕੀਆਂ ਓਕੇ ਉਹਨਾਂ ਨੇ ਇਸ ਢੰਗ ਨਾਲ ਹੀ ਕਿਹਾ ਕਹਿੰਦਾ ਅੱਛਾ ਅੱਛਾ ਇਹ ਆ ਅਮਰ ਸਿੰਘ ਚਮਕੀਲਾ ਉਹਦੇ ਇੰਨਾ ਕਹਿਣ ਦੀ ਦੇਰ ਸੀ ਵੀ ਇਹਨੂੰ ਤ੍ਰੇੜੀਆਂ ਛੁੱਟ ਗਈਆਂ ਅਮਰ ਸਿੰਘ ਚਮਕੀਲਾ ਹਾਂ ਕਹਿੰਦਾ ਹਾਂਜੀ ਕਹਿੰਦਾ ਦਾਸ ਨੂੰ ਅਮਰ ਸਿੰਘ ਚਮਕੀਲਾ ਕਹਿੰਦੇ ਨੇ ਅਤੇ ਕਹਿੰਦਾ ਬਾਬਾ ਜੀ ਮੈਂ ਮਾਫ਼ੀ ਮੰਗਣ ਆਇਆ ਵੀ ਤੁਸੀਂ ਮੈਨੂੰ ਮਾਫ਼ ਕਰ ਦਿਓ ਬਾਬਾ ਅਰੂੜ ਸਿੰਘ ਕਹਿੰਦੇ ਦੇਖ ਚਮਕੀਲਿਆ ਅਸੀਂ ਕੋਈ ਨਹੀਂ ਮਾਫ਼ ਕਰਨ ਵਾਲੇ ਹੈਗੇ ਅਸੀਂ ਤਾਂ ਝਾੜੂ ਬਰਦਾਰ ਹਾਂ ਉਹਦੇ ਵੀ ਮਾਫ਼ ਕਰਨ ਵਾਲਾ ਉਹ ਆ ਬਾਪੂ ਉਹਨਾਂ ਦਾ ਇਸ਼ਾਰਾ ਸੀਗਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਹਰਿਮੰਦਰ ਸਾਹਿਬ ਵੱਲ ਉੱਥੇ ਜਾ ਉੱਥੇ ਜਾ ਕੇ ਮਾਫ਼ੀ ਮੰਗ ਕੇ ਆ ਮਾਫ਼ੀ ਮੰਗ ਕੇ ਫਿਰ ਸਾਡੇ ਕੋਲ ਆਈ ਲਓ ਜੀ ਅਸੀਂ ਗਏ ਉੱਥੇ ਅਮਰ ਸਿੰਘ ਚਮਕੀਲੇ ਨੇ 5100 ਰੁਪਏ ਦੀ ਦੇਖ ਕਰਾਈ ਅਰਦਾਸ ਕੀਤੀ ਇਹਨੇ ਬਕਾਇਦਾ ਆਪਣਾ ਪਤਾ ਨਹੀਂ ਕੀ ਕਿਹਾ ਇਹਨੇ ਮਤਲਬ ਮੂੰਹ 'ਚ ਕੁਛ ਬੋਲ ਰਿਹਾ ਸੀਗਾ ਬੁੱਲ ਫਰਕ ਦੇ ਦਿਖ ਰਹੇ ਸੀ ਦੇਖ ਕੇ ਫਿਰ ਇਹ ਆ ਕੇ ਇਹਨੂੰ ਸਰੋਪਾ ਵੀ ਮਿਲਿਆ 5100 ਦੀ ਦੇਖ ਸੀਗੀ ਅਤੇ ਆ ਕੇ ਅਸੀਂ ਫਿਰ ਬਾਬਾ ਜੀ ਨੂੰ ਕਰੇ ਫਿਰ ਬਾਬਾ ਅਰੂੜ ਸਿੰਘ ਪੁੱਛਦੇ ਨੇ ਅਮਰ ਸਿੰਘ ਚਮਕੀਲੇ ਨੂੰ ਕਹਿੰਦੇ ਚਮਕੀਲਿਆ ਬਾਪੂ ਨੇ ਮਾਫ਼ ਕਰਤਾ ਕਹਿੰਦਾ ਜੀ ਮੈਂ ਤਾਂ ਅਰਦਾਸ ਕਰਿਆ ਆ ਇਹ ਬਾਪੂ ਜਾਣੇ ਜਾਂ ਤੁਸੀਂ ਜਾਣੋ ਮੈਨੂੰ ਕਹਿੰਦਾ ਹਾਂ ਤੈਨੂੰ ਬਾਪੂ ਨੇ ਮਾਫ਼ ਕਰਤਾ ਹੈਗਾ ਵੀ ਅੱਜ ਤੋਂ ਬਾਅਦ ਤੂੰ ਕੋਈ ਗੰਦਾ ਗੀਤ ਨਹੀਂ ਗਾਉਣਾ ਹੈਗਾ ਵੀ ਇਹ ਤੈਨੂੰ ਰੱਬ ਨੇ ਐਡੀ ਆਵਾਜ਼ ਦਿੱਤੀ ਆ ਇਹਦਾ ਸਦਉਪਯੋਗ ਕਰ ਤੂੰ ਕਿਉਂ ਇੰਨਾ ਗੰਦ ਗਾਉਣ ਲੱਗਿਆ ਹੈਗਾ ਅਤੇ ਫਿਰ ਜੀ ਉਹਨਾਂ ਨੇ ਸਾਨੂੰ ਇੱਕ ਦੁੱਧ ਪਿਲਾਇਆ ਦੁੱਧ ਪਿਲਾਉਣ 'ਚ ਉਹਨਾਂ 'ਚ ਪਤਾ ਨਹੀਂ ਟਹਿਣਾ ਸਾਹਿਬ ਕੀ ਸੀ ਪਾਇਆ ਜੋਸ਼ ਆ ਗਿਆ ਗਰਮੀ ਆ ਗਈ ਸਾਨੂੰ ਅਤੇ ਮੈਨੂੰ ਪੁੱਛਦਾ ਅਮਰ ਸਿੰਘ ਚਮਕੀਲੇ ਨੇ ਪੁੱਛਿਆ ਕਹਿੰਦਾ ਤੈਨੂੰ ਦੁੱਧ ਪੀਣ ਤੋਂ ਬਾਅਦ ਕੁਝ ਮਹਿਸੂਸ ਹੋ ਰਿਹਾ ਉਹ ਵੀ ਹੁਣ ਸਾਨੂੰ ਆਵਾਜ਼ ਕਰ ਰਹੇ ਨੇ ਕਹਿੰਦੇ ਚਮਕੀਲਿਆ ਵੀ ਕੀ ਹੋ ਗਿਆ ਵੀ ਮਤਲਬ ਤੂੰ ਕਹਿੰਦਾ ਬਾਬਾ ਜੀ ਜੋਸ਼ ਬਹੁਤ ਆ ਗਿਆ ਦੁੱਧ ਪੀ ਗਿਆ ਤੁਹਾਡਾ ਕਹਿੰਦਾ ਵੀ ਚਮਕੀਲਾ ਜੇ ਤੂੰ ਅੰਮ੍ਰਿਤ ਪਾਨ ਕਰ ਲਵੇਂ ਤੂੰ ਤਾਂ ਬੱਬਰ ਸ਼ੇਰ ਬਣ ਜਵੇਂ ਕਹਿੰਦਾ ਜੀ ਜੇ ਮੇਰੇ 'ਤੇ ਪਰਮਾਤਮਾ ਦੀ ਕਿਰਪਾ ਹੋਈ ਮੈਂ ਉਹ ਵੀ ਪਾਨ ਕਰ ਲੂੰ ਪਰ ਫਿਲਹਾਲ ਮੈਂ ਮਤਲਬ ਇਸ ਸਥਿਤੀ ਦੇ ਵਿੱਚ ਹੈ ਨਹੀਂ ਮੈਂ ਅੰਮ੍ਰਿਤ ਪਾਨ ਕਰ ਲਵਾਂ ਕਹਿੰਦਾ ਅਸੀਂ ਤੈਨੂੰ ਅੰਮ੍ਰਿਤ ਪਾਨ ਨੂੰ ਨਹੀਂ ਕਹਿੰਦੇ ਪਰ ਤੂੰ ਵਧੀਆ ਗਾ ਵੀ ਤੂੰ ਐਂ ਕਰ ਹੁਣ ਇੱਥੋਂ ਜਾ ਤੂੰ ਜਾ ਕੇ ਧਰਮ ਗੀਤਾਂ ਦੀ ਕੈਸਟ ਗਾ ਚੱਲ ਪਰਮਾਤਮਾ ਤੈਨੂੰ ਰਾਜ਼ੀ ਕਰਕੇ ਤੇਰੀਆਂ ਲੰਮੀਆਂ ਉਮਰਾਂ ਹੁਣ ਅੱਛਾ ਅਸੀਂ ਬਾਹਰ ਆ ਗਏ ਬਾਹਰ ਆ ਕੇ ਕਹਿੰਦਾ ਮੈਨੂੰ ਜਾਣੀ ਵਿਚਾਰਾ ਇਹਨੇ ਵਿਚਾਰੇ ਬੁੱਕਲ 'ਚ ਲਿਆ ਕਹਿੰਦਾ ਯਾਰ ਤੂੰ ਬਖਸ਼ਾਤਾ ਮੈਨੂੰ ਹਾਲਾਂਕਿ ਮੈਂ ਕੋਈ ਉਹਨਾਂ ਨੂੰ ਜਾਣਦਾ ਨਹੀਂ ਸੀ ਲੈਣ ਨਹੀਂ ਦੇਣ ਨਹੀਂ ਸਿਰਫ ਇੱਕ ਮੈਨੂੰ ਸ਼ੋਭਾ ਮਿਲਣੀ ਸੀ ਇੱਕ ਮੈਂ ਜ਼ਰੀਆ ਬਣਨਾ ਸੀ ਮਤਲਬ ਉਹਦਾ ਆ ਕੇ ਬਾਹਰ ਆ ਕੇ ਜੀ ਫਿਰ ਬੜਾ ਖੁਸ਼ ਕਹਿੰਦਾ ਵੀ ਬਖਸ਼ ਗਏ ਮੌਤ ਦੇ ਮੂੰਹ ਦੇ ਵਿੱਚੋਂ ਨਿਕਲੇ ਬਾਹਰ ਖੁਸ਼ ਪੂਰਾ ਐਨ ਫਿਰ ਉੱਥੇ ਚਤਰ ਸਿੰਘ ਜੀਵਨ ਸਿੰਘ ਉਹਨਾਂ ਦੇ ਉੱਥੇ ਗਿਆਨੀ ਹਰਭਜਨ ਸਿੰਘ ਅਤੇ ਗਿਆਨੀ ਪਰਮਿੰਦਰ ਸਿੰਘ ਦੀ ਸ਼ਾਇਦ ਉਹਨਾਂ ਦੋਨੇ ਬੈਠੇ ਸੀਗੇ ਅਤੇ ਉਹਨਾਂ ਨੇ ਫਿਰ ਸਾਨੂੰ ਰਸਗੁੱਲੇ ਖਿਲਾਏ ਟਹਿਣਾ ਸਾਹਿਬ ਰਸਗੁੱਲੇ ਵੀ ਸਿਰੇ ਦੇ ਸੀਗੇ ਜਿਹੜੇ ਉਹਨਾਂ ਨੇ ਖਿਲਾਏ ਫਿਰ ਆ ਕੇ ਅਸੀਂ ਜਦੋਂ ਬਾਹਰ ਆਏ ਮਤਲਬ ਸਿਟੀ ਤੋਂ ਮਤਲਬ ਆਊਟਰ ਤੋਂ ਬਾਹਰ ਆ ਗਏ ਅੰਮ੍ਰਿਤਸਰ ਤੋਂ ਮੈਂ ਕਿਹਾ ਵੀ ਬਹੁਤ ਚਿਰ ਹੋ ਗਿਆ ਵੀ ਮੈਂ ਚਮਕੀਲੇ ਬਾਥਰੂਮ ਜਾਣਾ ਉਹ ਕਹਿੰਦਾ ਵੀ ਜਾਣਾ ਤਾਂ ਮੈਂ ਵੀ ਆ ਕਹਿੰਦਾ ਤੁਸੀਂ ਪਹਿਲਾਂ ਜਾ ਆਓ ਹੁਣ ਉੱਥੇ ਸੜਕ ਚੱਲਦੀ ਸੀ ਮੈਂ ਕਾਫੀ ਦੂਰ ਤੱਕ ਚਲੇ ਗਿਆ ਪਿੱਛੇ ਇਹਨੇ ਮੇਰੀ ਡੈਰੀ ਪੜ੍ਹ ਲਈ ਡੈਰੀ ਦੇ ਉੱਤੇ ਧਰਮ ਗੀਤ ਲਿਖੇ ਹੋਏ ਸੀਗੇ ਜਦੋਂ ਮੈਂ ਵਾਪਸੀ 'ਤੇ ਆਇਆ ਇਹ ਕਹਿੰਦਾ ਭਾਈ ਸਾਹਿਬ ਗੀਤ ਤੁਹਾਡੇ ਲਿਖੇ ਨੇ ਮੈਂ ਕਿਹਾ ਹਾਂਜੀ ਮੇਰੇ ਕਹਿੰਦਾ ਤੁਸੀਂ ਤਾਂ ਬਹੁਤ ਵਧੀਆ ਧਾਰਮਿਕ ਲਿਖਦੇ ਹੋ ਕਹਿੰਦਾ ਤਾਂ ਮੇਰੀ ਚਿੰਤਾ ਵੀ ਕੀਤੀ ਕਹਿੰਦਾ ਹੁਣ ਸਾਰਾ ਮੇਰਾ ਧਾਰਮਿਕ ਜਿਹੜਾ ਪ੍ਰੋਜੈਕਟ ਹੈ ਤੁਸੀਂ ਔਰਗੇਨਾਈਜ਼ ਕਰਿਓ ਕਹਿੰਦਾ ਅੱਛਾ ਜੀ ਕਹਿੰਦਾ ਕੁਛ ਮੇਰੇ ਕੋਲ ਵੀ ਗੀਤ ਪਏ ਨੇ ਆਪਾਂ ਉਹ ਵੀ ਲਿਖਾਂਗੇ ਤੁਸੀਂ ਹੋਰ ਵੀ ਲਿਖੋ ਫਿਰ ਇਹ ਸਬੱਬ ਬਣਿਆ ਜੀ ਅਮਰ ਸਿੰਘ ਚਮਕੀਲੇ ਦੇ ਮੇਰੇ ਗੀਤ ਅਮਰ ਸਿੰਘ ਚਮਕੀਲੇ ਅਤੇ ਅੰਮ੍ਰਿਤਸਰ ਦੀਆਂ ਬੁਲੰਦ ਆਵਾਜ਼ਾਂ ਵਿੱਚ ਰਿਕਾਰਡ ਹੋਣ ਦਾ ਇਹ ਰਿਕਾਰਡ ਹੋਣੇ ਤੀ ਮੇਰੀ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਆਉਣਾ ਸੀ ਪਹਿਲੇ ਹੀ ਗੀਤਾਂ ਦੇ ਨਾਲ ਮੈਂ ਪਹਿਲੇ ਨੰਬਰ ਦੇ ਗੀਤਕਾਰਾਂ ਵਿੱਚ ਰਾਤੋਂ ਰਾਤ ਖੜਾ ਹੋ ਸਿਵੀਆਂ ਸਾਹਿਬ ਇਹ ਦੱਸੋ ਵੀ ਅੱਜ ਤੁਸੀਂ ਲੈ ਕੇ ਗਏ ਮਾਫ਼ੀ ਮੰਗ ਲਈ ਮਾਫ਼ ਕਰ ਦਿੱਤਾ ਦੇਖ ਕਰਵਾ ਦਿੱਤੀ ਚਲੋ ਇਹ ਗੱਲਾਂ ਇੱਕ ਪਾਸੇ ਹੋ ਗਈਆਂ ਪਰ ਜਿਹੜੀ ਗੱਲ ਦੇ ਉੱਤੇ ਖਾੜਕੂ ਸਿੰਘਾਂ ਨੂੰ ਇਤਰਾਜ਼ ਸੀਗਾ ਉਹ ਗਾਣੇ ਇਹੀ ਸੀਗੇ ਵੀ ਆਟੇ ਵਾਂਗੂ ਗੁਣਤੀ ਅਤੇ ਆਹ ਜਿਹੜੇ ਗਾਣੇ ਵਿਕੰਡਾ ਕੱਢਿਆ ਨਾ ਭੈਣ ਦੀ ਨਨਾਣ ਦਾ ਅਤੇ ਕੁਛ ਇੱਦਾਂ ਦੇ ਜਿਹੜੇ ਗਾਣੇ ਆ ਇਹਨਾਂ ਗਾਣਿਆਂ ਦੇ ਉੱਤੇ ਉਹਨਾਂ ਨੂੰ ਖਾਸ ਤੌਰ 'ਤੇ ਇਤਰਾਜ਼ ਸੀਗਾ ਜੀ ਹਾਂਜੀ ਉਹਨਾਂ ਨੂੰ ਖਾਸ ਤੌਰ 'ਤੇ ਇਤਰਾਜ਼ ਸੀ ਮੈਂ ਅਮਰ ਸਿੰਘ ਚਮਕੀਲਾ ਫਿਰ ਮੈਂ ਸਟੇਜਾਂ 'ਤੇ ਲੈ ਕੇ ਜਾਣ ਲੱਗ ਗਿਆ ਸੀ ਮੈਂ ਇਹ ਗੱਲ ਕਹਿਣ ਲੱਗ ਸੀ ਮੈਂ ਕਿਹਾ ਵੀ ਚਮਕੀਲੇ ਗੱਲ ਸੁਣ ਲਾ ਵੀ ਤੈਂ 3 ਗੀਤ ਨਹੀਂ ਗਾਉਣੇ ਇੱਕ ਤਾਂ 7 ਦਿਨ ਸਹੁਰਿਆਂ ਦੇ ਘਰ ਰਹਿ ਕੇ ਆਈ ਫੁੱਲ ਝੜੀਏ ਨੇ ਹੁਣ ਫਿਰ ਇੱਕ ਮਲਾਈ ਡੰਗ ਦਿੱਤਾ ਤੈਨੂੰ ਤੇਰੀ ਕਾਲੀ ਗੁੱਤ ਨੇ ਆਟੇ ਵਾਂਗ ਗੁੰਤੀ ਬਗਾਨੇ ਪੁੱਤ ਨੇ ਅਤੇ ਵੀ ਇੱਕ ਜਿਹੜਾ ਸੀਗਾ ਜਿਹਨੇ ਲਾਲ ਪਰੀ ਨਾ ਪੀਤੀ ਰੰਨ ਕੁੱਟ ਕੇ ਸਿੱਧੀ ਨਾ ਕੀਤੀ ਜਿਹਨੇ ਨਸ਼ਾ ਪਾਣੀ ਨਾ ਪੀਣਾ ਉਸ ਭੜੂਏ ਦਾ ਦੱਸ ਕੀ ਜੀਣਾ ਕੰਡਾ ਖਿੱਚਿਆ ਨਾ ਜਿਹਨੇ ਭੈਣ ਦੀ ਨਨਾਣ ਦਾ ਉਹ ਵੇਲੀ ਕਾਹਦਾ ਕੋੜੀ ਹੈ ਜਹਾਨ ਦਾ ਅਤੇ ਇੱਕ ਗੀਤ ਕੀਤਾ ਗੀਤ ਸੀਗਾ ਜੀ ਉਹ ਤੱਕਦਾ ਰਿਹਾ ਵੀ ਮੈਂ ਸਿੱਖ ਦੁਪਹਿਰੇ ਨਹਾਉਂਦੀ ਸੀ
ਮੈਂ ਕਿਹਾ ਤੈਨੂੰ ਕੋਈ ਕਰੋੜਾਂ ਦੀ ਆਫਰ ਕਰੇ ਤਾਂ ਇਹ ਗੀਤ ਨਹੀਂ ਗਾਉਣੇ, ਵੀ ਜੇ ਤੂੰ ਇਹ ਗੀਤ ਗਾਏਗਾ ਮੈਂ ਤੇਰੇ ਨਾਲ ਸਟੇਜ ਤੇ। ਤੁਹਾਡੇ ਕੋਲੇ ਕਦੇ ਚਮਕੀਲੇ ਨੇ ਇਹ ਗੱਲ ਮੰਨੀ ਸੀ? ਇਮਾਨਦਾਰੀ ਨਾਲ ਦੱਸਿਓ, ਬਿਲਕੁਲ ਝੂਠ ਨਹੀਂ ਹੋਣਾ ਚਾਹੀਦਾ ਇਹਦੇ 'ਚ, ਵੀ ਮੈਂ ਜਿਹੜੇ ਇਹ ਤਿੰਨ ਗੀਤ ਗਾਏ ਆ ਇਹ ਮੇਰੀ ਬਹੁਤ ਵੱਡੀ ਗਲਤੀ ਆ, ਬਲੰਡਰ ਮਿਸਟੇਕ ਆ ਜੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ। ਉਹ ਕਿਹੜੇ ਕਾਰਨ ਕਰਕੇ ਗਾਲੇ ਸੀ ਉਹਨਾਂ ਨੇ? ਤੁਹਾਨੂੰ ਕਦੇ ਦੱਸਿਆ ਵੀ ਭਾਈ ਮੈਂ ਪ੍ਰਭਾਵ 'ਚ ਆ ਗਿਆ, ਮਜਬੂਰੀ 'ਚ ਗਾਤੇ, ਕਾਰਨ ਕੀ ਬਣ ਗਿਆ? ਮਿੱਤਰ ਹੋਣ ਦੇ ਨਾਤੇ ਕਦੇ ਬੁਕਲ ਖੁੱਲੀ ਸੀ? ਹਾਂਜੀ ਹੁਲ ਖੁੱਲੀ, ਮੈਨੂੰ ਉਹ ਇਹ ਗੱਲ ਕਹਿੰਦੇ ਸੀਗੇ ਜਦੋਂ ਇਹਨਾਂ ਨੇ ਪਹਿਲੇ ਗੀਤ ਗਾਏ ਸੀ ਜਿਹਦੇ ਵਿੱਚ ਜਿਹੜਾ ਸੀਗਾ ਆਪਣੇ ਆਟੇ ਵਾਂਗ ਗੁੰਤੀ ਬਗਾਨੇ ਪੁੱਤ ਨੇ, ਜਿਹੜਾ ਪਹਿਲਾਂ ਟੱਗੂ ਅਤੇ ਟੱਗੂਆ ਖੜ ਕੇ ਉਹਦੇ ਵਿੱਚ ਆਇਆ ਸੀ ਨਾ, ਕੁੜਤੀ ਸੱਤ ਰੰਗ ਦੇ ਵਿੱਚ ਘੁੱਗੀਆਂ ਗਿਟਾਰਾਂ ਪਾਈਆਂ, ਉਹ ਜਿਹੜਾ ਗੀਤ ਸੀਗਾ ਇਹ ਪਹਿਲਾਂ ਗੀਤ ਤੋਂ ਕੋਈ ਹੋਰ ਰਿਕਾਰਡ ਕਰਾਉਣਾ ਸੀ, ਇਹ ਹੇਠਾਂ ਦੱਸਦਾ ਸੀ ਕਹਿੰਦਾ ਵੀ ਅਸੀਂ ਰਿਆਜ਼ ਕਰ ਰਹੇ ਸੀ ਜ਼ਹੀਰ ਅਹਿਮਦ ਜਿਹੜੇ ਉਹਨਾਂ ਦੇ ਐਚ ਐਮ ਬੀ ਵਾਲੇ, ਉਹ ਕਹਿੰਦੇ ਵੀ ਆਟੇ ਵਾਂਗ ਗੁਣਤੀ ਵਾਲਾ ਗਾ ਜਾ ਤੂੰ, ਇਹ ਗੀਤ ਨੇ ਕਹਿੰਦਾ ਹੌਟ ਕੇਕਸ ਵਾਂਗੂ ਵਿਕਣਾ ਹੈਗਾ, ਉਹਦੇ ਕਹਿਣ 'ਤੇ ਇਹ ਗੀਤ ਰਿਕਾਰਡ ਹੋਇਆ ਸੀ ਜ਼ਹੀਰ ਅਹਿਮਦ ਦੇ ਕਹਿਣ 'ਤੇ, ਇਹ ਜਿਹੜੀ ਸੋਨੀਆ ਸੀ ਇਹ ਤਾਂ ਰਿਕਾਰਡ ਕਰਾ ਕੇ ਰਾਜ਼ੀ ਨਹੀਂ ਸੀਗੀ। ਫਿਰ ਇੱਕ ਹੁਣ ਹੋਰ ਸਵਾਲ ਪੈਦਾ ਹੁੰਦਾ ਜੀ, ਵੀ ਚਲੋ ਮਾਫ਼ ਵੀ ਕਰ ਦਿੱਤਾ ਉੱਥੇ, ਸਾਰਾ ਕੁਝ ਹੋ ਗਿਆ, ਫਿਰ ਧਾਰਮਿਕ ਕੈਸਟ ਵੀ ਆ ਗਈ, ਉਸ ਤੋਂ ਬਾਅਦ ਨਾਂ ਦੀ ਮਹਿਮਾ ਹੋ ਗਈ ਵੀ ਚਲੋ ਹੁਣ ਧਾਰਮਿਕ ਪਾਸੇ ਆ ਗਏ, ਬਿਲਕੁਲ ਜੀ, ਪਰ ਫਿਰ ਕਿਹੜੀ ਗੱਲੋਂ ਮਾਰ ਦਿੱਤਾ ਗਿਆ, ਫਿਰ ਕਿਹੜੀ ਗੱਲੋਂ ਕਤਲ ਕੀਤਾ ਗਿਆ? ਦੇਖੋ ਜੀ, ਗੱਲ ਹੈਗੀ ਇਹ, ਖਾੜਕੂਆਂ ਤੋਂ ਮਾਫ਼ੀ ਹੋ ਗਈ, ਖਾੜਕੂਆਂ ਦੀ ਮੇਨ ਜਥੇਬੰਦੀ 5 ਮੈਂਬਰੀ ਕਮੇਟੀ ਤੋਂ ਮਾਫ਼ੀ ਹੋ ਗਈ, ਟਹਿਣਾ ਸਾਹਿਬ ਮੈਂ ਮੰਨਦਾ ਹੀ ਨਹੀਂ ਵੀ ਅਮਰ ਸਿੰਘ ਚਮਕੀਲੇ ਦਾ ਕਤਲ ਖਾੜਕੂਆਂ ਨੇ ਕੀਤਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਸੀ ਆਪਣੇ ਖਾਲਸੇ ਨੂੰ ਵੀ ਇੱਕ ਨਿਹੱਥੇ 'ਤੇ ਵਾਰ ਨਹੀਂ ਕਰਨਾ, ਔਰਤ 'ਤੇ ਵਾਰ ਨਹੀਂ ਕਰਨਾ ਜੀ, ਬੱਚੇ 'ਤੇ ਵਾਰ ਨਹੀਂ ਕਰਨਾ ਅਤੇ ਬੁੱਢੇ 'ਤੇ ਵਾਰ ਨਹੀਂ ਕਰਨਾ। ਹੁਣ ਉਸ ਜਿਸ ਟਾਈਮ ਇਹਨਾਂ ਦਾ ਕਤਲ ਹੁੰਦਾ, ਅਮਰ ਸਿੰਘ ਚਮਕੀਲਾ ਕਾਰ ਦੇ ਵਿੱਚੋਂ ਬਾਹਰ ਨਿਕਲ ਕੇ ਆਪਦੇ ਚਾਦਰੇ ਨੂੰ ਸਵਾਰ ਰਿਹਾ, ਠੀਕ ਕਰ ਰਿਹਾ, ਮੈਸਮਪੁਰ ਪਿੰਡ ਦੇ ਵਿੱਚ ਜਿਹੜੀ ਅਮਰਜੋਤ ਹੈ ਉਹ ਬਾਹਰ ਨਿਕਲ ਕੇ ਚੁੰਨੀ ਸਮਾਰ ਦੀ, ਤਾਂ ਇੱਕ ਲੱਤ ਉਹਦੀ ਅੰਦਰ ਹੈ, ਇੱਕ ਅਜੇ ਲੱਤ ਬਾਹਰ ਆ, ਜਦੋਂ ਉਹਦੀ ਪਹਿਲੀ ਹਿੱਕ 'ਚ ਗੋਲੀ ਵੱਜੀ ਹੈ। ਅੱਛਾ ਜੀ। ਜਦੋਂ ਪਹਿਲੀ ਗੋਲੀ ਹਿੱਕ 'ਚ ਵੱਜੀ ਅਤੇ ਉਹ ਡਿੱਗ ਪਈ, ਜਦੋਂ ਡਿੱਗ ਪਈ ਪਹਿਲਾ ਵਾਰ ਔਰਤ 'ਤੇ ਹੋਇਆ, ਕੀ ਉਹ ਖਾੜਕੂ ਔਰਤ 'ਤੇ ਵਾਰ ਕਰਨਗੇ? ਦੂਸਰੀ ਗੱਲ, ਅਮਰ ਸਿੰਘ ਚਮਕੀਲੇ ਨੇ ਚੱਕ ਲਈ ਵੀ ਇਹ ਕੀ ਗੱਲ ਹੋ ਗਈ, ਇਹਨੂੰ ਇੱਕੋ ਗੋਲੀ ਨਾ ਮਰ ਗਈ, ਉਹ ਤਾਂ ਇਹਦੇ ਜਿੱਥੇ ਗੋਲੀ ਵੱਜੀ ਸੀ ਸਿਰਫ, ਜਦ ਚਮਕੀਲੇ ਨੇ ਪਿੱਛੇ ਮੁੜ ਕੇ ਦੇਖਿਆ ਪਿੱਛੇ ਖੜ੍ਹੇ ਸੀਗੇ ਜਿਹੜੇ ਕੰਮ ਕਰਨ ਵਾਲੇ ਸੀ, ਉਹਨਾਂ ਨੇ ਸਿੱਧਾ ਹੀ ਬਰਸਟ ਚਮਕੀਲੇ 'ਤੇ ਮਾਰਿਆ, ਚਮਕੀਲਾ ਵੀ ਉੱਥੇ ਢੇਰੀ ਹੋ ਗਿਆ। ਤੁਸੀਂ ਕਹਿੰਦੇ ਹੋ ਵੀ ਖਾੜਕੂਆਂ ਨੇ ਨਹੀਂ ਮਾਰਿਆ, ਤੇ ਫਿਰ ਤੁਹਾਡੇ ਹਿਸਾਬ ਨਾਲ ਕਿਹਨੇ ਕਤਲ ਕੀਤਾ ਚਮਕੀਲੇ? ਇਹ ਜਿਹਨੂੰ ਆਪਾਂ ਸਫਾਰੀ ਮਰਡਰ ਕਹਿੰਦੇ, ਸਫਾਰੀ ਮਰਡਰ ਆ, ਸਫਾਰੀ ਦਿੱਤੀ ਆ। ਹਾਂਜੀ, ਚਾਹੇ ਸਫਾਰੀ ਨਹੀਂ ਦਿੱਤੀ ਪਰ ਲੋਕਾਂ ਨੂੰ ਸਮਝਾਉਣ ਲਈ ਤਾਂ ਇਹੀ ਕਹਿੰਦਾ ਵੀ ਉਹ ਹਾਇਰਡ ਪਰਸਨ ਸੀਗੇ ਨਾ ਕਿ ਖਾੜਕੂ। ਹੁਣ ਇਹ ਤੁਹਾਨੂੰ ਦੱਸਦਾ ਵੀ ਜਿਸ ਦਿਨ ਚਮਕੀਲੇ ਉਹਨਾਂ ਦੀਆਂ ਲਾਸ਼ਾਂ ਮਹਿਸਮਪੁਰ ਤੋਂ ਚਲੀ ਗਈਆਂ ਸਿਵਲ ਹਸਪਤਾਲ ਫਲੌਰ ਤੋਂ ਲੈਂਦੀਆਂ ਜੀ ਅਸੀਂ ਜਮਾਲਪੁਰ ਉਹਦੀ ਰੈਜੀਡੈਂਸ 'ਤੇ, ਜਮਾਲਪੁਰ ਤੋਂ ਚੱਕ ਕੇ ਅਸੀਂ ਸੰਸਕਾਰ ਕਰਨ ਵਾਸਤੇ ਚਲੇ ਗਏ ਦੁਗਰੀ ਕ੍ਰੀਮੇਸ਼ਨ ਗਰਾਊਂਡ 'ਤੇ। ਉੱਥੇ ਜਿੰਨੇ ਵੀ ਕਲਾਕਾਰ ਸੀਗੇ ਜਾਂ ਹੋਰ ਇਹਦੇ ਪ੍ਰਸ਼ੰਸਕ ਸੀਗੇ ਉਹ ਸਾਰੇ ਹੀ 30-30, 40-40 ਗਜ਼ 'ਤੇ ਬੈਠੇ ਸੀ ਵੀ ਕਿਸੇ ਟਾਈਮ ਵੀ ਆ ਕੇ ਖਾੜਕੂ ਇੱਥੇ ਵੀ ਹੁਣ ਗੋਲੀਆਂ ਮਾਰਨਗੇ। ਹਾਂ, ਉੱਥੇ ਜਿਹੜੀ ਸੀਗੀ ਦੇਬੂ ਦੀ ਲਾਸ਼ ਉੱਥੇ ਆ ਗਈ ਸੀ, ਉਹਨਾਂ ਦੇ ਕੋਈ ਬੰਦਾ, ਦੇਬੂ ਕੌਣ? ਜਿਹੜਾ ਢੋਲਕ ਮਾਸਟਰ ਸੀਗਾ ਨਾਲ, ਹਰਜੀਤ ਗਿੱਲ ਅਤੇ ਢੋਲਕ ਮਾਸਟਰ ਵੀ ਸੀਗੇ ਨਾਲ। ਚਲੋ ਮੰਨ ਲੈ ਇੱਕ ਵਿੱਚੋਂ ਛੋਟੀ ਜਿਹੀ ਗੱਲ ਕਹਿ ਰਹੇ, ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਤਾਂ ਚਲੋ ਲੱਚਰ ਗਾਇਕ ਦੀ ਕਹਿੰਦੇ ਆ ਵੀ ਲੱਚਰ ਗਾਇਕ, ਮੈਂ ਨਹੀਂ ਮੰਨਦਾ ਜੇ ਮਤਲਬ ਜਿਵੇਂ ਦੁਨੀਆ ਕਹਿੰਦੀ ਆ, ਉਹਨਾਂ ਨੇ ਚਲੋ ਲੱਚਰ ਤਾਂ ਮੰਨ ਲੈਣੇ ਪਰ ਮੈਂ ਨਹੀਂ ਮੰਨਦਾ ਲੱਚਰ ਤਾਂ ਫਲਾਈ ਸੀ। ਮੰਨ ਲਓ ਜੋ ਉਹ ਗਾਇਕ ਸੀ, ਉਹਨਾਂ ਦੇ ਵਿਚਾਰਿਆਂ ਦਾ ਗਰੀਬਾਂ ਦਾ ਕੀ ਕਸੂਰ ਸੀਗਾ ਫਿਰ? ਜਿਹੜਾ ਹਰਜੀਤ ਗਿੱਲ ਦੀ ਉਹਦੇ ਮੂੰਹ 'ਚ ਵਾਇਰਲ ਪਾ ਕੇ ਗੋਲੀ ਮਾਰੀ, ਉਹਦਾ ਕੀ ਕਸੂਰ ਸੀ? ਉਹਦਾ ਬੰਦਾ ਰੋਜ਼ ਦਾ ਦਿਹਾੜੀਦਾਰ ਸੀਗਾ, ਅਤੇ ਜਿਹੜਾ ਦੇਬੂ ਸੀ ਉਹਦੇ ਭੱਜੇ ਜਾਂਦੇ 'ਤੇ ਗੋਲੀ ਮਾਰੀ, ਉਹਨਾਂ ਨੇ ਕੀ ਕੀਤਾ ਸੀਗਾ ਜੇ ਇਹ ਸੀਗਾ? ਹੈਂਜੀ, ਅਤੇ ਚਲੋ ਆਏ ਉੱਥੇ ਸੰਸਕਾਰ ਅਸੀਂ ਆਪ ਕੀਤਾ, ਕਿਸੇ ਨੇ ਸੰਸਕਾਰ ਨਹੀਂ ਮਤਲਬ ਕੋਈ ਨੇੜੇ ਨਹੀਂ ਲੱਗਿਆ ਹੈਗਾ, ਹੌਸਲਾ ਨਹੀਂ ਸੀ, ਨਾ ਨਾ ਹੌਸਲਾ ਨਹੀਂ, ਕਹਿੰਦੇ ਵੀ ਇਹਨਾਂ 'ਤੇ ਵੀ ਗੋਲੀਆਂ ਵੱਜਣਗੀਆਂ, ਅਸੀਂ ਆ ਵੱਜਣ ਦੇ ਕਦਰੇ ਨਹੀਂ, ਆਪ ਅਸੀਂ ਚੱਕ ਚੱਕ ਕੇ ਇੱਥੇ ਤੀ ਨਾਲ ਹੀ ਸੰਸਕਾਰ ਕਰਨਾ ਸੀ, ਇੱਕ ਉਹ ਤਾਂ ਆਰਥੀ ਦਾ ਤਾਂ ਇੱਕ ਕਹਿੰਦੇ ਸ਼ਗਨ ਇਹ ਕਰਨਾ ਸੀ ਜਿਹੜਾ ਕਰਨਾ ਸੀ ਤਾਂ ਕਰਕੇ ਆਰਥੀ 'ਤੇ ਪਾਏ ਤੀ, ਤਿੰਨੇ ਜਣੇ ਅਸੀਂ ਉਹਤੇ ਪਾ ਤੇ, ਇੱਕ ਉਹਦੇ ਵਿੱਚ ਹੀ ਉਹਤੇ, ਹਾਂ ਇੱਕੋ ਜਗ੍ਹਾ 'ਤੇ, ਫਿਰ ਉਹਦੀ ਜਿਹੜੀ ਹੈਗੀ ਉਹਦੇ ਬੰਦੇ ਵੀ ਆ ਗਏ ਸੀਗੇ, ਲਾਸ਼ ਲੈ ਗਏ ਸੀਗੇ ਆਪਣੇ ਦੇ ਉਹਦੇ ਹਰਜੀਤ ਗਿੱਲ ਦੇ ਵੀ, ਉਹ ਉੱਧਰ ਦਾ ਸੀ ਪਿੰਡ ਕੋਟ ਪਤੂਈ ਦਾ। ਸੰਸਕਾਰ ਹੋ ਗਿਆ, ਸੰਸਕਾਰ ਹੋਣ ਤੋਂ ਬਾਅਦ ਅਸੀਂ ਘਰ ਆ ਗਏ, ਮੈਂ ਘਰ ਆ ਗਿਆ ਆਪਦਾ, ਅਤੇ ਅਸੀਂ ਜਦ ਦੂਜੇ ਦਿਨ ਫੁੱਲਾਂ 'ਤੇ ਗਏ ਅਤੇ ਉਸ ਦਿਨ ਜਣੀ ਮਤਲਬ ਸਾਨੂੰ ਪਿੰਡ ਵਾਲਿਆਂ ਨੇ ਦੱਸਿਆ ਸੀ ਵੀ ਇੱਥੇ ਖਾੜਕੂ ਆਏ ਸੀਗੇ,
ਵੀ ਉਹਨਾਂ ਕੋਲ ਅਸਲਾ ਵੀ ਸੀਗਾ। ਉਹ ਗੱਲ ਇਹ ਪੁੱਛਦੇ ਵੀ ਜਿਹਨਾਂ ਨੇ ਵੀ ਮਾਰਿਆ ਤੁਸੀਂ ਸਾਨੂੰ ਉਹਦਾ ਮਾੜਾ ਜਿਹਾ ਪਤਾ ਦੱਸ ਦਿਓ ਵੀ ਉਹਨਾਂ ਦੇ ਵਿੱਚ ਅਸੀਂ ਕੱਢ ਲਵਾਂਗੇ ਵੀ ਕਿਹਨੇ ਇਹ ਮਾਰਨੇ, ਜੇ ਕਿਤੇ ਖਾੜਕੂਆਂ ਦਾ ਵੀ ਇਹ ਕਾਰਨਾਮਾ ਸੀ ਵੀ ਉਹ ਕੌਣ ਸੀ ਜਿਹੜੇ ਪੁੱਛਣ ਆਏ ਸੀਗੇ। ਇਹਦਾ ਮਤਲਬ ਉਹ ਡਰਾਮਾ ਕਰਨ ਵਾਲੇ ਸੀ ਜਾਂ ਮਾਰਨ ਵਾਲੇ ਡਰਾਮੇ ਸੀ। ਇਸ ਕਰਕੇ ਮੈਂ ਨਹੀਂ ਕਹਿੰਦਾ ਵੀ ਇਹਨਾਂ ਦਾ ਜਿਹੜਾ ਕਤਲ ਆ ਉਹ ਖਾੜਕੂਆਂ ਨੇ ਕੀਤਾ ਹੈ। ਸਿਵੀਆਂ ਸਾਹਿਬ, ਆਪਾਂ ਨਾ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਕਿਸ਼ਤਾਂ ਦੇ ਵਿੱਚ ਕਰਨਾ ਹੈਗਾ, ਬੜੀ ਇਹ ਮਹੱਤਵਪੂਰਨ ਤੁਸੀਂ ਗੱਲਾਂ ਦੱਸ ਰਹੇ ਹੋ, ਕਿਉਂਕਿ ਸਭ ਦੇ ਆਪੋ ਆਪਣੇ ਵਿਚਾਰ ਆ। ਕੋਈ ਕਹਿੰਦਾ ਵੀ ਚਮਕੀਲੇ ਨੂੰ ਖਾੜਕੂਆਂ ਨੇ ਮਾਰਤਾ, ਕੋਈ ਕਹਿੰਦਾ ਚਮਕੀਲੇ ਨੂੰ ਉਹਦੇ ਕਲਾਕਾਰ ਸਾਥੀਆਂ ਨੇ ਮੁਕਾਬਲੇਬਾਜ਼ਾਂ ਨੇ ਮਰਵਾਤਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਅਤੇ ਆਪਾਂ ਅਗਲੀ ਕਿਸ਼ਤ ਦੇ ਵਿੱਚ ਯਾਨੀ ਕਿ ਜਿਹੜੀ ਹੋਰ ਕਿਸ਼ਤ ਕਰਨੀ ਆ ਉਹਦੇ ਵਿੱਚ ਤੁਹਾਡੇ ਕੋਲੋਂ ਇਹਨਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਲੈਣੀ ਆ। ਪਰ ਹਰਮਨ ਜੀ, ਅੱਜ ਦੇ ਲਈ ਆਪਾਂ ਇੱਥੇ ਕਿਸ਼ਤ ਨਿਬੇੜ ਗਏ ਜੀ। ਫਿਲਹਾਲ ਦੇ ਲਈ ਪ੍ਰੋਗਰਾਮ ਜਿਹੜਾ ਇੱਥੇ ਸਮੇਟਣਾ ਪਏਗਾ, ਪਰ ਲਗਾਤਾਰਤਾ ਬਰਕਰਾਰ ਹੈ। ਕੱਲ੍ਹ ਨੂੰ ਫਿਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਬਾਕੀ ਰਹਿੰਦੀ ਗੱਲਬਾਤ ਜ਼ਰੂਰ ਤੁਹਾਡੇ ਲਈ ਅਸੀਂ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਦੇ ਲਈ ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।